हाकम शाह नौशाही कादरी सरकार। सो मैं कन्वर गरेवाल वीर जी का वेलकम कर दिया जी आया नू इस्तकबाल खुल के तालियां बजा दो दो हाथ ऊपर करके थैंक यू। ਪਿਆਲਾ ਰਾਮ ਨੂੰ ਇੱਕ ਵਾਰੀ ਇੱਧਰੋਂ ਆਉਂਦੀ ਆ ਇੱਕ ਵਾਰੀ ਇੱਧਰੋਂ ਆਉਣ ਦਿਓ
ਜਪ ਲੈ ਰਾਮ ਨੂੰ ਧਿਆ ਲੈ ਰਾਮ ਨੂੰ ਜਪ ਲੈ ਰਾਮ ਨੂੰ ਧਿਆ ਲੈ ਰਾਮ ਨੂੰ ਧਿਆ ਲੈ ਰਾਮ ਨੂੰ ਗਾ ਲੈ ਰਾਮ ਨੂੰ ਗਾ ਲੈ ਰਾਮ ਨੂੰ ਤੱਪਾ ਲੈ ਰਾਮ ਨੂੰ ਗਾ ਲੈ ਰਾਮ ਨੂੰ ਤੱਪਾ ਲੈ ਰਾਮ ਨੂੰ ਭਰ ਲੈ ਨਾਮ ਦੀ ਸ਼ੀਸ਼ੀ ਰਾਮ ਤੈਨੂੰ ਵਾਹਿਗੁਰੂ ਤੈਨੂੰ ਨੀ ਅੱਲਾ ਤੈਨੂੰ ਤਾਰੂਗਾ ਜਿਹਨੇ ਦੁਨੀਆ ਪ੍ਰਗਟ ਕੀਤੀ ਰਾਮ ਤੈਨੂੰ ਤਾਰੂਗਾ ਘਰਾਂ 'ਚ ਆ ਤੁਹਾਡੀਆਂ ਬੁੱਕਲਾਂ 'ਚ ਹੈ ਇਹਨਾਂ ਨੂੰ ਕਾਕਾ ਬੱਚਾ ਅਸੀਂ ਬੱਚਾ ਕਹਿੰਦੇ ਹਾਂ ਬੱਚਾ ਜਿਹੜਾ ਬਚਿਆ ਹੋਇਆ
ਉਹਨਾਂ ਵਿਕਾਰਾਂ ਤੋਂ ਬਚਿਆ ਹੋਇਆ ਇਸੇ ਤਰ੍ਹਾਂ ਫਕੀਰ ਇਸੇ ਤਰ੍ਹਾਂ ਉਹਦੇ ਘਰ ਦਾ ਕੂਕਰ ਜਿਹੜਾ ਬਚਿਆ ਹੋਇਆ ਵਿਕਾਰਾਂ ਤੋਂ ਇਸ ਕਰਕੇ ਮਤ ਸਮਝਣਾ ਵੀ ਕੋਈ 2 4 5 ਸਾਲ ਦਾ ਹੀ ਬੱਚਾ ਹੁੰਦਾ ਹੈ ਉਹਦੀ ਮਿਹਰ ਹੋ ਜੇ ਬੱਚੇ ਇੱਥੇ 100 100 ਸਾਲ ਦੇ ਵੀ ਫਿਰਦੇ ਆ ਇੱਥੇ ਬੱਚੇ 110 10 ਸਾਲ 115 15 ਸਾਲ ਦੇ ਬੱਚੇ ਬਾਬੇ ਇਸ ਕਰਕੇ ਕਾਕਿਆ ਕਰਮ ਵਾਲਾ ਨਾ ਹਤਰਾ ਕਾਕੇ ਲਈ ਇੱਕ ਤਾੜੀ ਮਾਰ ਦੋ ਸਾਰੇ ਠੋਕ ਕੇ ਜੇ ਤੁਹਾਡੇ ਆਉਣ ਨਾਲ ਇਉਂ ਲੱਗਦਾ ਵੀ ਪੂਰਾ ਪਰਿਵਾਰ ਬੈਠਾ
ਜਿੱਥੇ ਮਾਵਾਂ ਵੀ ਬੈਠੀਆਂ ਐ ਜਿੱਥੇ ਮੇਰੀਆਂ ਭੈਣਾਂ ਵੀ ਬੈਠੀਆਂ ਐ ਜਿੱਥੇ ਸਾਡੇ ਪਿਓ ਵੀ ਬੈਠੇ ਐ ਜਿੱਥੇ ਮੇਰੇ ਵੀਰ ਬੈਠੇ ਖੜੇ ਐ ਐ ਤਾਂ ਟੱਬਰ ਬਣ ਗਿਆ ਭਤੀਜੇ ਭਤੀਜੀਆਂ ਭਾਣਜੇ ਭਾਣਜੀਆਂ ਸੋ ਇਹ ਤਾਂ ਕੰਪਲੀਟ ਫੈਮਿਲੀ ਬਾਬਿਓ ਤੇ ਤੁਹਾਡਾ ਕੰਮ ਹੀ ਐ ਹੈ ਵਿਆਹ ਚ ਤਾਂ ਬੜੀਆਂ ਬੋਲੀਆਂ ਪਾਉਣਗੀਆਂ ਉਹਨਾਂ ਮੈਂ ਇੱਕ ਬੋਲੀ ਸੁਣੀ ਆ ਤੁਹਾਡੀ ਮੈਨੂੰ ਕਹਿੰਦਾ ਪੇਕੇ ਨਹੀਂ ਜਾਂਦੀ 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 ਜਦ ਮੈਂ ਤੁਰ ਗਈ ਪੇਕੇ ਨੀ ਜਾਏ ਵੱਡੀ ਦਾ ਕਲਸ਼ਣਾ ਰੂੜੀ ਚੜ ਚੜ ਵੇਖੇ ਨੀ ਜਾਏ ਵੱਡੀ ਦਾ ਕਲਸ਼ਣਾ ਰੂੜੀ ਚੜ ਚੜ ਵੇਖੇ ਨੀ ਜਾਏ ਵੱਡੀ ਦਾ ਮਾਲ ਕਰ ਰੂੜੀ ਚੜ ਚੜ ਵੇਖੇ ਨੀ ਜਾਏ ਵੱਡੀ ਦਾ ਕਲਸ਼ਣਾ ਰੂੜੀ ਚੜ ਚੜ ਵੇਖੇ ਨੀ ਜਾਏ ਵੱਡੀ ਦਾ ਕਲਸ਼ਣਾ ਰੂੜੀ ਚੜ ਚੜ ਵੇਖੇ ਨੀ ਜਾਏ ਵੱਡੀ ਦਾ ਕਲਸ਼ਣਾ ਰੂੜੀ ਚੜ ਚੜ ਵੇਖੇ ਨੀ ਜਾਏ ਵੱਡੀ ਦਾ ਕਲਸ਼ਣਾ ਵਾਹ ਵਾਹ ਮੌਜ ਫਕੀਰਾਂ ਦੀ ਵਾਹ ਵਾਹ ਮੌਜ ਫਕੀਰਾਂ ਦੀ ਪੈਂਦਾ ਏ ਅੱਖੀਆਂ ਆਏ ਰੱਬਾ
ਇਨਾ ਖਬਰ ਪਰਦੇ ਆਣਾ ਬਾਬੇ ਵੀ ਨਦੀਆਂ ਪਾਰ ਸੱਜਣ ਦਾ ਥਾਣਾ 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 ਕੀਤਾ ਕੌਲ ਜ਼ਰੂਰੀ ਜਾਣਾ ਕੀਤਾ ਕੌਲ ਮਲਾ ਦੇ ਨਾਲ ਅੱਖ ਲੜ ਗਈ ਓਏ ਲੜ ਗਈ ਬੇਪਰਵਾਹ ਦੇ ਨਾਲ ਅੱਖ ਲੜ ਗਈ ਓਏ ਲੜ ਗਈ ਬੇਪਰਵਾਹ ਦੇ ਨਾਲ ਅੱਖ ਲੜ ਗਈ ਓਏ ਲੜ ਗਈ ਬੇਪਰਵਾਹ ਦੇ ਨਾਲ ਅੱਖ ਲੜ ਗਈ ਲੜ ਗਈ ਲੜ ਗਈ ਬੇਪਰਵਾਹ ਦੇ ਨਾਲ ਅੱਖ ਲੜ ਗਈ ਓਏ ਲੜ ਗਈ ਬੇਪਰਵਾਹ ਦੇ ਨਾਲ ਅੱਖ ਲੜ ਗਈ ਓਏ ਓ ਲੜ ਗਈ ਬੇਪਰਵਾਹ ਦੇ ਨਾਲ ਅੱਖ ਲੜ ਗਈ ਓਏ ਲੜ ਗਈ ਬੇਪਰਵਾਹ ਪੰਜਾਬੀ ਚੌਂਕ ਕਹੋ ਇਹ ਬੜਾ ਕਸੂਤਾ ਪੈਰ ਹੈ ਇਹ ਛੇਤੀ ਛੇਤੀ ਤਾਂ ਕਿਸੇ ਦਾ ਰਾਸ ਆਉਂਦਾ ਨਹੀਂ ਜੇ ਆ ਜੇ ਜੇ ਆ ਜੇ ਫਿਰ ਇਹਦੇ ਨਾਲ ਤਾਂ ਹੋਰ ਕੋਈ ਇੱਥੇ ਆਉਂਦਾ ਨਹੀਂ ਸੋ ਮਾਵਾਂ ਭੈਣਾਂ ਵੀਰ ਬਜ਼ੁਰਗ ਬੱਚੇ ਸਾਰੇ ਬੋਲੋ ਅਫਸਰੋ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਗੱਜ ਕੇ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਬੋਲ ਫਕੀਰਾ ਅੱਲਾ ਅੱਲਾ ਬੋਲ ਫਕੀਰਾ ਅੱਲਾ ਅੱਲਾ ਬੋਲ ਫਕੀਰਾ ਅੱਲਾ ਅੱਲਾ ਬੋਲ ਫਕੀਰਾ ਅੱਲਾ ਅੱਲਾ ਬੀਬੀ ਆਵਾਜ਼ ਆਵੇ ਰਾਧੇ ਰਾਧੇ ਸ਼ਾਮ ਮਿਲਾ ਦੇ 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 ਇਹ ਵੀ ਬੋਲੋ ਮੈਂ ਵੀ ਸਿੱਖਾਂ ਦੇ ਘਰੇ ਜੰਮਿਆ ਇਸ ਵਾਰੀ ਪਰ ਮੇਰੇ ਤਾਂ ਯਕੀਨ ਕਰੋ ਪੋਤਾ ਤੁਹਾਡਾ ਝੂਠ ਨਹੀਂ ਬੋਲ ਕੇ ਜਾਊਂਗਾ ਜੇ ਵਾਹਿਗੁਰੂ ਸੁਣਦੇ ਵੱਡੇ ਹੋਏ ਹੋਣਾ ਇਹ ਅੱਲਾ ਅੱਲਾ ਰਾਮ ਰਾਮ ਹਰੀ ਓਮ ਇਹ ਵੀ ਚਾਚੇ ਤਾਈ ਆਪਣੇ
ਇਸ ਕਰਕੇ ਸਿੱਖ ਹੈ ਦਸਤਾਰ ਬੰਨੀ ਹੋਈ ਹੈ ਤਾਂ ਬਾਬਾ ਆ ਗੇਮ ਖੇਡ ਲੈ ਸੌਖਾ ਰਹੇਗਾ ਇਹਦੇ ਨਾਲ ਫਾਇਦੇ ਦੋ ਹੋਣਗੇ ਇੱਕ ਤਾਂ ਮੁਹੱਬਤ ਹੋਰ ਵੱਧ ਜੂਗੀ ਇੱਕ ਦੂਜਾ ਫਾਇਦਾ ਇਹ ਹੈ ਵੀ ਪੰਜਾਬ ਜਿਹੜੇ ਰੌਲਿਆਂ ਰੱਪਿਆਂ 'ਚ ਫਿਰਦਾ ਨਾ ਕਿਵੇਂ ਉਹ ਸੋਹਣਿਓ ਆ ਮੰਗਦਾ ਪੰਜਾਬ ਹੁਣ ਮੁਹੱਬਤ ਮੰਗਦਾ ਹੈ ਭਾਈਚਾਰਿਆਂ ਦੀ ਸਾਂਝ ਮੰਗਦਾ ਹੈ ਜ਼ਾਤਾਂ ਦਾ ਖਾਤਮਾ ਮੰਗਦਾ ਹੈ ਨੇਕੀਆਂ ਮੰਗਦਾ ਹੈ ਦਇਆ ਮੰਗਦਾ ਹੈ ਧਰਮ ਮੰਗਦਾ ਹੈ ਹਿੰਮਤ ਮੰਗਦਾ ਹੈ ਦ੍ਰਿੜਤਾ ਮੰਗਦਾ ਹੈ ਇਹ ਸਾਰਾ ਕੁਛ ਮੇਰਾ ਸਾਹਿਬ ਮੰਗਦਾ ਹੈ ਇੰਨਾ ਹੀ ਕੰਮ ਕਰਨਾ ਬਸ ਆ ਖੜਾ ਤੁਹਾਡਾ ਪੂਰਾ ਨੰਗਾ ਚਿੱਟਾ ਭੋਰਾ ਪ੍ਰੋਬਲਮ ਨਹੀਂ ਮੰਦਰ 'ਚ ਜਾ ਕੇ ਹਰੀਓਮ ਨਮੋ ਨਾਰਾਇਣ ਕਹਿਣ ਨੂੰ ਉਹ ਵੀ ਉਹ ਜਿਹਾ ਅਜਿਹੋ ਜਿਹਾ ਮੇਰਾ ਵਾਹਿਗੁਰੂ ਹੈ ਸੋ ਪਹਿਲੀ ਗੱਲ ਤਾਂ ਕੋਈ ਹੋਵੇ ਨਾ ਜੇ ਕੋਈ ਹੈਗਾ ਜਿਹਦੀ ਧੌਣ 'ਚ ਡੰਡਾ ਫਸਿਆ ਹੋਇਆ ਉਹ ਵੀ ਰਿਹਾ ਕੱਢ ਲੈ ਇਹਨੂੰ ਪਹਿਲਾਂ ਹੀ ਬਹੁਤ ਬਹੁਤ ਪਿੱਛੇ ਪਏ ਪਏ ਆ ਜ਼ਾਤਾਂ ਦੇਖ ਦੇਖ ਕੇ ਆ ਧਰਮ ਦੇਖ ਦੇਖ ਕੇ ਬਹੁਤ ਪਿੱਛੇ ਪਏ ਪਏ ਆ ਜੱਫੀਆਂ ਪਾਲਾ ਇਹਨਾਂ ਗੁਰਦੁਆਰੇ ਮੰਦਰਾਂ ਮਸੀਤਾਂ ਦੀਆਂ ਜੱਫੀਆਂ ਪਵਾ ਦੇ ਇਹ ਤੂੰ ਕਰ ਸਕਦਾ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਉਹ ਛੱਡਿਓ ਉਹ ਤੁਹਾਡਾ ਬਹਿ ਜੇ ਬੇੜਾ ਉਹ ਤੁਹਾਡਾ ਆਂਡੇ ਲੈਣ ਆਇਓ ਇੱਥੇ ਕਿ ਇਕੱਲੀ ਆ 55 ਕਿਲੋ ਦੀ ਮਿੱਟੀ ਵੇਖਣਾ ਹੋ ਸੋਰੀ 50 ਕਿਲੋ ਦੀ ਇਹ ਤਾਂ ਚੋ ਕੀ ਕੱਢੋਗੇ ਬਾਬਾ ਜੀ ਕਾ ਠੁੱਲੂ ਤੇ ਜੇ ਜ਼ੁਬਾਨ ਚੋਂ ਕੁਛ ਬੋਲ ਲਿਆ ਤਾਂ ਅੰਦਰ ਬੀ ਬਣੂਗਾ ਲਿਖ ਕੇ ਲੈ ਲਓ ਆਪਦੇ ਭਰਾ ਤੋਂ ਇਸ ਕਰਕੇ ਜੇ ਬਾਤ ਬੋਲ ਫਕੀਰਾ ਨਾਰਾਇਣ ਓਮ ਨਾਰਾਇਣ ਨਾਰਾਇਣ ਓਮ ਨਾਰਾਇਣ ਓਮ ਨਾਰਾਇਣ ਨਾਰਾਇਣ ਓਮ ਨਾਰਾਇਣ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਸਾਹਿਬ ਮੇਰਾ ਹਾਂ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਹਿੰਦੂ ਵੀ ਤੂੰ ਸਿੱਖ ਵੀ ਤੂੰ ਮੁਸਲਿਮ ਵੀ ਤੂੰ ਮੈਂ ਵੀ ਤੂੰ ਤੇ ਤੂੰ ਵੀ ਤੂੰ ਸਭ ਕੁਛ ਤੂੰ ਮੂਵੀ ਵਾਲਾ ਵੀ ਤੂੰ ਲਾਈਟਾਂ ਵਾਲਾ ਵੀ ਤੂੰ ਇਹ ਗਾਉਣ ਵਾਲਾ ਵੀ ਤੂੰ ਗਵਾਉਣ ਵਾਲਾ ਵੀ ਤੂੰ ਸੁਣਨ ਵਾਲਾ ਵੀ ਤੂੰ ਸੁਣਾਉਣ ਵਾਲਾ ਵੀ ਤੂੰ ਇਹ ਪੱਖਿਆਂ ਵਾਲਾ ਵੀ ਤੂੰ ਟੈਂਟ ਵਾਲਾ ਵੀ ਤੂੰ ਸਟੇਜ ਵਾਲਾ ਵੀ ਤੂੰ ਗੋਲ ਗੱਪੇ ਵਾਲਾ ਵੀ ਤੂੰ ਸੱਸ ਵੀ ਤੂੰ ਤੇ ਨੂੰ ਵੀ ਤੂੰ ਉਹਨਾਂ ਵਿੱਚ ਹੁੰਦੀ ਤੂੰ ਤੂੰ ਵੀ ਤੂੰ ਹੈ ਵੇਲ ਨਾ ਮਾਰ ਕੇ ਭੰਨਦਾ ਜਿਹੜਾ ਉਹ ਮੂੰਹ ਵੀ ਤੂੰ ਉਸੇ ਦੀ ਖੇੜਾ ਪਿੰਡ ਵਾਲਿਓ ਮੱਤ ਭੁਲੇਖੇ 'ਚ ਪੈਣਾ ਵੀ ਕੋਈ ਰਿਮੋਟ ਆਪ ਚਲਾ ਰਹੇ ਹਾਂ ਰਿਮੋਟ ਮੇਰੇ ਖਸਮ ਦੇ ਹੱਥ 'ਚ ਹੈ ਜਿਵੇਂ ਜੀ ਕਰਦਾ ਉਵੇਂ ਆਪਰੇਟ ਕਰ ਰਿਹਾ ਹੋ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ
हेलो जी जी आनु कहने आ एसएचओ साहब सरदार हरजिंदर सिंह जी थाना बहराम केवल कृष्ण चौकी इंचार्ज पिंड कटारिया मनोज कुमार जी एएसआई साहब प्रशासन का शुक्राना करते हैं सो आप सब दे रूबरू दोबारा फिर दाता साहब की चौखट पर हाजरी हाँ गरीबा साहब कहाँ से बोल रहे हैं आप यहाँ से बोल रहे हैं आप सो सजनों प्यारे हो रब वर्गे हो सबो पहला इस पवित्र जगह नु प्रणाम इत्थे वसण वालेयां नु प्रणाम इन्हां नु वसाउण वालेयां नु प्रणाम और रब वर्गियां मेरियां मावां नु प्रणाम मेरियां भैणां नु प्रणाम और चढ़दी कला च बैठे साडे बजुर्गां नु प्रणाम पिछे साडे लाणेदारां नु प्रणाम और तमाम मेरे वीर दोस्त मित्र प्यारे सारे छोटे बच्चे पुलिस ऑफिसर साहबान ये मूवी बनाने वाले भरा ये लाइटा वाले टेंट वाले आ पैसे वाले और रब रब कर दे आयो ना बुजुर्गों और मेरी माई नू कोटि कोट प्रणाम कबूल करो बहुत बहुत आदर सत्कार थोड़ा सब दा जी जी आया नू आ जाओ महाराज जिन्ना समा बख्श दे है उतना समा गाते हैं अगला गीत गीत का नाम है मजबी सिंह मजबी सिंह ते मजबी कौन जड़ा मजब दा पक्का है ठोक के किल लंगू जड़ा मजब दा पक्का ओ मजबी सिंह ऐडा ऐडा रुतबा है सभा चो बोलिया जा रहा है किसे घर च बह के नहीं बोलिया जा रहा चौंक च खड़ के बोलिया जा रहा है और मान ना बोलिया जा रहा कि मजबी सिंह ओ रुतबा जिनू साडा प्यो आप कहिंदा है रंगरेटे गुरु के बेटे ओ मजबी सिंह ता मान होवे इन्हां सूरवीरां ते इन्हां योधियां ते कौम नहीं कहूंगा मैं क्योंकि कौम तो सिख कौम ऑलरेडी है ये बहुत सारिया जात आ पर रौला है कि सारे के बजुर्गों कोई ना कोई बैठा है जड़ा छातियां डाह के खड़े है सिंह का नाम लें भाई जैते होने मूहरे आके खड़ जाते हैं बाबे जीवन सिंह होनी भाई वीर सिंह भाई धीर सिंह बाबा गरजा सिंह अनेक नाम त उन्हां मजबी सिंघां योधियां सूरवीरां दी महिमा च गीत पेश कर लग्या रंगरेटिया गुरु दे रंग रंगिया तुरंगी रागी रह वसदा ये पूरी लुकाई वल्लों एक असीस दवा जिथे जिथे भी मजबी सिंह वसदा मेरा उन्हां लई आ बाबे रंगरेटिया गुरु दे रंग रंगिया पेश कर लग्या एक करी ताड़ी जी मार के माड़ा जा ऐतकी सियाला च थोड़े ब्याह हो जाएंगे ताड़ी मार लो हुण मारी जांदे है किड्डे लालची बंदे है हो जू ब्याह अग लगी है ऐडी ताड़ी दी की गाली है अजे तो 24 जून है आ जाओ हाँ जी कितना तुसीं खड़ जा मैनू हजे आ जाण दे पैसे देने आ गए एक होर दे दो यार कोई देना एक मिनट कर दे अब आने के तुम तो दे रहे ओ महाराज मंदिर मस्जिद गुरुद्वारे मंदिर मस्जिद गुरुद्वारे इको जे तक्की सारे इको जी तक्की सारे मंदिर मस्जिद गुरुद्वारे इको जे तक्की सारे पुछी ना धर्मा बारे
ਓ ਪੁੱਛੀ ਨਾ ਧਰਮਾਂ ਬਾਰੇ ਸਭ ਨਾਲ ਹੱਸਦਾ ਖਿਲਦਾ ਰਹਿ ਵੇ ਮੇਰੀ ਜ਼ਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਹੀ ਮਿਲਦਾ ਰਹਿ ਵੇ ਵੀਰਾ ਵੇ ਮੇਰੀ ਜ਼ਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਹੀ ਮਿਲਦਾ ਰਹਿ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਇਹ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਰਿਸ਼ਤੇਦਾਰੀ ਨਾ ਯਾਰੀ ਰਹਿੰਦੀ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਰਿਸ਼ਤੇਦਾਰੀ ਨਾ ਯਾਰੀ ਰਹਿੰਦੀ ਆਖਰ ਦੁਨੀਆ ਛੱਡਣੀ ਪੈਂਦੀ ਆਖਰ ਦੁਨੀਆ ਛੱਡਣੀ ਪੈਂਦੀ ਉਹ ਤੈਨੂੰ ਅੱਖੀਆਂ ਰੋਣਗੀਆਂ ਤੂੰ ਲੱਕੜਾਂ ਦੇ ਉੱਤੇ ਲੱਕੜਾਂ ਬਲਦੀਆਂ ਹੋਣਗੀਆਂ ਇੱਕ ਦਿਨ ਤੂੰ ਇਹ ਸੱਚ ਹੈ ਬਾਬਿਓ ਗਾਂ ਜਾ ਕੇ ਉਹ ਗੀਤ ਵੀ ਲਾਵਾਂਗੇ ਕਨਫਰਮ ਦੋਸਤ ਆ ਉਹ ਤੇਰੀ ਟਿਕਟ ਵਾਪਸੀ ਦੀ ਲਿਖੀ ਪਈ ਆ ਜਿੱਦੇ ਆਉਣੀ ਹੈ ਜਿੱਦੇ ਮੌਤ ਆਉਣੀ ਹੈ ਲਿਖੀ ਪਈ ਹੈ ਜੱਗ ਦੀ ਤਾਂ ਐਵੇਂ ਫਰੀ ਦੀ ਚਰਚਾ ਵੀ ਜੇ ਦਾਰੂ ਪੀ ਮੋਟਰਸਾਈਕਲ ਨਾ ਚਲਾਉਂਦਾ ਤਾਂ ਜਾਨਵਰ ਚ ਨਾ ਵੱਜਦਾ ਬਚ ਜਾਂਦਾ ਐ ਕਿਵੇਂ ਬਚ ਜਾਂਦਾ ਕਿੰਨਿਆਂ ਨੇ ਰੋਗ ਲਵਾ ਲਏ ਵਹਿਮਾਂ ਭਰਮਾਂ ਲੋਕੀ ਖਾ ਲਏ ਕਿੰਨਿਆਂ ਨੇ ਰੋਗ ਲਵਾ ਲਏ ਵਹਿਮਾਂ ਭਰਮਾਂ ਲੋਕੀ ਖਾ ਲਏ ਗੱਲ ਜਦੋਂ ਵਹਿਮਾਂ ਭਰਮਾਂ ਦੀ ਆਉਂਦੀ ਤੇ ਬੀਬੀ ਸਾਡੀ ਪਹਿਲੇ ਨੰਬਰ ਤੇ ਆਉਂਦੀ ਕਿਉਂਕਿ ਇਹੀ ਪੁਆੜੇ ਪਾਉਂਦੀ ਪਾਪਾ ਜੀ ਨੂੰ ਪੁੱਛੋ ਬੀਬੀ ਦੀ ਸਮਝ ਕਿਉਂ ਨਹੀਂ ਆਉਂਦੀ ਉਹ ਦਲਜੀਤ ਦਾ ਗੀਤ ਆ ਨਾ ਆਪਣੇ ਦਾ Do you know? ਇਹ ਵਹਿਮ ਭਰਮ ਕਿਉਂ ਨੇ Do you know? ਯਾਰ ਆਪਣੇ ਦਲਜੀਤ ਦਾ ਗੀਤ ਆ ਨਾ ਮੈਂ ਕਿੰਨਾ ਤੈਨੂੰ ਪਿਆਰ ਕਰਦਾ Do you know? ਇੱਧਰਲੇ ਪਾਸੇ ਨਾਲੋ ਅਸੀਂ ਬੰਦਗੀ ਕਿਉਂ ਨਹੀਂ ਕਰਦੇ Do you know? ਅਸੀਂ ਜਿਉਂਦੇ ਕਿਉਂ ਨਹੀਂ ਮਰਦੇ Do you know? ਮੈਨੂੰ ਪੁੱਛ ਲਓ ਤੁਹਾਡੇ ਘਰੇ ਇਨਕਮ ਟੈਕਸ ਦੀ ਰੇਡ ਪਈ ਆ ਤੁਸੀਂ ਟੈਕਸ ਕਿਉਂ ਨਹੀਂ ਭਰਦੇ Do you know? ਹੈ Do you know? ਹੀ ਆ ਕਰੀ ਚੱਲੋ ਇੱਕ ਦਿਨ ਵੀ Do you know? ਕਿੰਨਿਆਂ ਨੇ ਰੋਗ ਲਵਾ ਲਏ ਵਹਿਮਾਂ ਭਰਮਾਂ ਲੋਕੀ ਖਾ ਲਏ ਤਰਦੇ ਲਾਲ ਲੀੜਿਆਂ ਵਾਲੇ ਓਏ ਖੋਪੇ ਵੇਖੋ ਨਹਿਰਾਂ ਤੇ ਇੱਥੇ ਬਿੱਲੀ ਰਸਤਾ ਕੱਟ ਗਈ ਤਾਂ ਜੁੱਤੀਆਂ ਮਾਰਨ ਟਾਇਰਾਂ ਤੇ ਹੋ ਇਹਨਾਂ ਦੀ ਬਿੱਲੀ ਰਸਤਾ ਕੱਟ ਗਈ ਤਾਂ ਜੁੱਤੀਆਂ ਮਾਰਨ ਟਾਇਰਾਂ ਤੇ ਤੁਸੀਂ ਫੇਰ ਆ ਗਏ ਬੜੀ 20 ਰੁਪਈਏ ਕਰਕੇ ਬੂਟੇ ਹਰੇ ਵੇ ਜਿਹੜੇ ਕਦੇ ਵੀ ਸੁੱਕਦੇ ਨਾ ਬੱਲੇ ਬਾਬਾ ਤੇਰੇ ਵੀ ਮੁੱਕਦੇ ਨਾ ਬੱਲੇ ਬਾਬਾ ਤੇਰੇ ਵੇ ਤੇਰੇ ਵੀ ਮੁੱਕਦੇ ਨਾ ਰਾਮ ਨਾਮ ਦੇ ਬੇੜੇ ਵੇ ਬਾਬਾ ਕਦੇ ਵੀ ਰੁਕਦੇ ਨਾ ਵੇ ਬਾਬਾ ਕਦੇ ਵੀ ਰੁਕਦੇ ਨਾ ਬੱਲੇ ਬਾਬਾ ਤੇਰੇ ਵੇ ਤੇਰੇ ਵੀ ਮੁੱਕਦੇ ਨਾ ਬੱਲੇ ਬਾਬਾ ਤੇਰੇ ਵੇ ਤੇਰੇ ਵੀ ਮੁੱਕਦੇ ਨਾ ਆ ਜਾਓ ਉਸ ਗੀਤ ਦੇ ਬੋਲ ਪੜਦੇ ਆ ਤੂੰ ਜੈਤੇ ਹੱਥ ਜੋੜਦਾ ਜਿਹੜੇ ਪਿੰਡਾਂ ਚ ਚਾਰ ਚਾਰ ਪੰਜ ਪੰਜ ਗੁਰਦੁਆਰੇ ਪਾਈ ਬੈਠੇ ਹੋਣਾ ਮਾਰ ਖਾਧੀ ਆ ਤੁਸੀਂ
ਤੁਸੀਂ ਠੱਗੇ ਗਏ ਹੋ ਆ ਜਿਹੜੇ ਆਪਦੇ ਆਪਦੇ ਹਿਸਾਬ ਨਾਲ ਪਾਈ ਬੈਠੇ ਹੋ ਨਾ ਆ ਜੱਟ ਸਿੱਖਾਂ ਦਾ ਹੈ ਆ ਮਜਵੀ ਸਿੱਖਾਂ ਦਾ ਹੈ ਆ ਚਮਿਆਰ ਭਾਈਚਾਰੇ ਦਾ ਹੈ ਆ ਫਲਾਨਾ ਹੈ ਆ ਦੋ ਪ੍ਰਧਾਨ ਲੜ ਪਏ ਸੀ ਉਹਨਾਂ ਨੇ ਪਾਇਆ ਇੱਕ ਲੁੱਟੇ ਗਏ ਹੋ ਤੁਸੀਂ ਤੇ ਗੁਰੂ ਦੀ ਗੱਲ ਤਾਂ ਇੱਥੇ ਨਿਬੜਦੀ ਹੈ ਵੀ ਇੱਕੋ ਹੀ ਗੁਰੂ ਘਰ ਪਿੰਡ ਚ ਸਾਥ ਵੇਖ ਕੇ ਥੋੜਾ ਜਾਈਦਾ ਹੈ ਮੈਂ ਤਾਂ ਕਹਿੰਦਾ ਧਰਮ ਵੇਖ ਕੇ ਵੀ ਨਹੀਂ ਆਈਦਾ ਉਹ ਤੂੰ ਵੀ ਕਹਾ ਤੂੰ ਜਿਹੜਾ ਹੈ ਹੀ ਗੁਰੂ ਦਾ ਦਵਾਰ ਹੈ ਆ ਤੇ ਨਤਮਸਤਕ ਹੋ ਬਹਾਨਾ ਚਾਹੀਦਾ ਕੋਈ ਮੁਸਲਮਾਨ ਭਰਾ ਵੀ ਆਉਂਦਾ ਇਸੇ ਬਹਾਨੇ ਹੀ ਆ ਜੇ ਵੀ ਬਾਬੇ ਸ਼ੇਖ ਫਰੀਦ ਦੀ ਬਾਣੀ ਹੈ ਕੋਈ ਹਿੰਦੂ ਭਾਈਚਾਰੇ ਚੋਂ ਆਉਂਦਾ ਇਸੇ ਬਹਾਨੇ ਹੀ ਆ ਜੇ ਕਿ ਬ੍ਰਾਹਮਣਾਂ ਦੀ ਬਾਣੀ ਹੈ ਇਹ ਤਾਂ ਬਾਬੇ ਉਹ ਸਾਰਿਆਂ ਲਈ ਦਰਵਾਜ਼ੇ ਖੋਲੀ ਬੈਠਾ ਹੈ ਇਹ ਤਾਂ ਤੇਰਾ ਤੇਰਾ ਤੋਲੀ ਬੈਠਾ ਹੈ ਤੂੰ ਜੈਤੇ ਤੋਂ ਜੀਵਨ ਹੋ ਗਿਆ ਜਦ ਕਸਮਾਂ ਖਾ ਕੇ ਤੁਰ ਪਿਆ ਤੂੰ ਖਾਲਸੇ ਦੀ ਆਣ ਨੂੰ ਮੱਥੇ ਨਾ ਲਾ ਕੇ ਤੁਰ ਪਿਆ ਤੈਨੂੰ ਜੋ ਬਾਬੇ ਬਖਸ਼ੀਆਂ ਹਾਂ ਤੈਨੂੰ ਜੋ ਬਾਬੇ ਬਖਸ਼ੀਆਂ ਮੈਨੂੰ ਮਾਣ ਹੈ ਮੈਨੂੰ ਮਾਣ ਹੈ ਹਰ ਅਸੀਸ ਤੇ ਹੱਥੀ ਸਿੱਖੀ ਦੇ ਮੁੱਢ ਨੇ ਲਾਈ ਕਲਗੀ ਤੇਰੇ ਸੀਸ ਤੇ ਲਾਈ ਕਲਗੀ ਤੇਰੇ ਸੀਸ ਤੇ ਲਾਈ ਕਲਗੀ ਤੇਰੇ ਸੀਸ ਤੇ ਓ ਕਹਿੰਦੇ ਸੀ ਸਿੱਖੀ ਦਾ ਬੂਟਾ ਪੱਟਣਾ ਉਹ ਜਿਹੜੇ ਕਹਿੰਦੇ ਸੀ ਸਿੱਖੀ ਦਾ ਬੂਟਾ ਪੱਟਣਾ ਹੀ ਓਏ ਉਹ ਜਿਹੜੇ ਕਹਿੰਦੇ ਸੀ ਸਿੱਖੀ ਦਾ ਬੂਟਾ ਪੱਟਣਾ ਤੂੰ ਤਾਲੂ ਵਿੱਚ ਦੇਗ ਧੱਸਦਾ ਰੰਗ ਰੇਟਿਆ ਗੁਰੂ ਦੇ ਰੰਗ ਰੰਗਿਆ ਤੂੰ ਰੰਗੀ ਰਾਗੀ ਰਹਿ ਵਸਦਾ ਰੰਗ ਰੇਟਿਆ ਗੁਰੂ ਦੇ ਰੰਗ ਰੰਗ ਰੇਟਿਆ ਗੁਰੂ ਦੇ ਰੰਗ ਰੰਗਿਆ ਤੂੰ ਰੰਗੀ ਰਾਗੀ ਰਹਿ ਵਸਦਾ ਰੰਗ ਰੇਟਿਆ ਗੁਰੂ ਦੇ ਰੰਗ ਰੰਗਿਆ ਬਣ ਕਰ ਜਾ ਕਮਰ ਕਸਾ ਉਹ ਤੂੰ ਖੜ ਗਿਆ ਗੁਰੂ ਨੂੰ ਰੱਬ ਦੱਸੋ ਸਿੱਖ ਦੀ ਸਿੱਖੀ ਆ ਕਿਹੜੇ ਕੰਮ ਦੀ ਕੀ ਆ ਢੋਲਕੀ ਬਣਾਉਣੀ ਇਸ ਚੰਮ ਦੀ ਸਿੱਖ ਦੀ ਸਿੱਖੀ ਆ ਕਿਹੜੇ ਕੰਮ ਦੀ ਕੀ ਆ ਢੋਲਕੀ ਬਣਾਉਣੀ ਇਸ ਚੰਮ ਦੀ ਬਾਜ ਅੜ ਕੇ ਕਬੂਤਰ ਕੀ ਚੜ ਗਏ ਬਾਜ ਅੜ ਕੇ ਕਬੂਤਰ ਕੀ ਚੜ ਕੇ ਤੇ ਬਾਜਾਂ ਵਾਲਾ ਫਿਰੇ ਹੱਸਦਾ ਰੰਗ ਰੇਟਿਆ ਗੁਰੂ ਦੇ ਰੰਗ ਰੰਗਿਆ ਤੂੰ ਰੰਗੀ ਰਾਗੀ ਰਹਿ ਵਸਦਾ ਰੰਗ ਰੇਟਿਆ ਗੁਰੂ ਦੇ ਰੰਗ ਰੰਗਿਆ ਵਸਦਾ ਰੰਗ ਰੇਟਿਆ ਗੁਰੂ ਦੇ ਰੰਗ
ਇਹ ਜੇ ਗੀਤ ਸੁਣ ਕੇ ਮੁਖੋਂ ਅਰਦਾਸ ਕਰਦਿਆ ਕਰੋ ਦਿਲੋਂ ਅਰਦਾਸ ਕਰਦਿਆ ਕਰੋ ਕਿ ਰੱਬਾ ਇਹ ਨਹੀਂ ਆ ਕਿ ਅਸੀਂ ਕੋਈ ਡਾਂਗਾ ਸੋਟੇ ਚੱਕ ਕੇ ਲੜਦੇ ਫਿਰਦੇ ਹਾਂ ਛੋਟੀਆਂ ਛੋਟੀਆਂ ਗਲਤ ਫਹਿਮੀਆਂ ਛੋਟੇ ਛੋਟੇ ਭੁਲੇਖੇ ਆ ਉਹ ਵੀ ਉਹਨਾਂ ਦਾ ਵੀ ਨਾਸ ਕਰਦੇ ਇਹ ਨਹੀਂ ਆ ਕਿ ਕੋਈ ਪੰਜਾਬ ਡਾਂਗਾ ਚੱਕੀ ਫਿਰਦਾ ਨਹੀਂ ਪਰ ਛੋਟੇ ਛੋਟੇ ਭੁਲੇਖੇ ਨਾ ਸਮਝੀਆਂ ਇੰਨੀ ਕੀਰਖਾ ਤਾਂ ਉਹਨੂੰ ਵੀ ਮਹਾਰਾਜ ਚਲਾ ਕੇ ਮਾਰ ਮੈਂ ਕਿਆ ਲੈਣਾ ਕੋਈ ਜੱਟ ਹੈ ਮਜ਼ਬੀ ਹੈ ਨਹੀਂ ਉਹ ਬਾਬਾ ਅੰਦਰ ਬੈਠੇ ਪਤੰਦਰ ਨਾਲ ਰੌਲਾ ਮੇਰਾ ਚੰਮ ਨਾ ਕੋਈ ਰੌਲਾ ਨਹੀਂ ਹੈ ਚੰਮ ਨਾ ਕੋਈ ਰੌਲਾ ਨਹੀਂ ਹੈ ਆ ਜਾਓ ਮਾੜਾ ਉਹ ਲਾਈਏ ਨਾ ਜਾਈ ਮਸਤਾਂ ਦੇ ਵਿਹੜੇ ਨਹੀਂ ਮਸਤ ਬਣਾ ਦੇਣਗੇ ਬੀਬਾ ਮੈਨੂੰ ਤਾਂ ਬੇਬੇ ਹੋਰਾਂ ਨੂੰ ਤਾਂ ਇਕੱਠਿਆਂ ਨੂੰ ਨੱਚਿਆਂ ਨੂੰ ਜੋਗ ਹੋ ਗਏ ਇਹੀ ਗੀਤ ਸੀ ਮਾਮਰੀਏ ਤੁਹਾਨੂੰ ਦੇਖ ਕੇ ਬਹੁਤ ਚੰਗਾ ਲੱਗਿਆ ਸੱਚੀ ਬਹੁਤ ਚੰਗਾ ਲੱਗਿਆ ਇਹ ਸੱਚੀ ਉਹ ਸਾਡੀ ਬੇਬੇ ਆ ਭਾਈ ਇਹ ਬੇਬੇ ਆ ਸਾਡੀ ਸੱਚੀ ਉਹ ਤੂੰ ਕਿੱਧਰ ਬਾਬੇ ਪੁਲ ਬਣਾਈ ਬੈਠਾ ਆ ਜਾਓ ਨਾ ਚਾਹੀ ਮਸਤਾਂ ਦੇ ਵਿਹੜੇ ਮਸਤ ਬਣਾ ਦੇਣਗੇ ਬੀਬਾ ਕਾਕੇ ਆਲ ਓਵਰ ਹਲਕਾ ਹਲਕਾ ਲੋ ਘੱਟ ਥੋੜਾ ਥੋੜਾ ਜ਼ਿਆਦਾ ਨਾ ਸੋਨੀ ਦਾ ਨਾਰਾ ਯਾਰ ਨਾਰੇ ਦਾ ਨਾਰਾ ਇੱਕ ਮੇਰੀ ਹੋਰ ਬੇਨਤੀ ਆ ਤੁਹਾਨੂੰ ਆਹ ਦੋਨੇ ਬੰਦੇ ਮੇਰੇ ਨਾਲ ਗੁੱਸੇ ਆ ਆ ਜਿਹੜਾ ਤਬਲੇ ਵਾਲਾ ਵੀ ਤੇ ਢੋਲਕੇ ਵਾਲਾ ਵੀ ਇਹ ਦੋਨੇ ਮੇਰੇ ਨਾਲ ਗੁੱਸੇ ਆ ਪਰ ਫਿਰ ਵੀ ਗਾਈ ਜਾਂਦੇ ਆ ਵਜਾਈ ਜਾਂਦੇ ਆ ਇਹ ਸਾਡੀ ਦੋਸਤੀ ਹੈ ਸਵੇਕਾਰੀ ਤੁਸੀਂ ਵੀ ਸਾਰੇ ਕਹਿ ਦਿਓ ਵੀ ਹਾੜੇ ਹਾੜੇ ਕਮਰ ਨਾਲ ਬੋਲ ਪੋ ਹਾੜੇ ਹਾੜੇ ਬੋਲ ਪੋ ਹਾੜੇ ਹਾੜੇ ਬੋਲ ਪੋ ਮਾੜੀ ਜੀ ਤਾੜੀ ਮਾਰ ਦਿਓ ਹੱਸ ਤਾਂ ਪਏ ਹਾੜੇ ਹਾੜੇ ਬੋਲ ਪੋ ਵਧੀਆ ਨੇ ਤੁਸੀਂ ਬੋਲ ਪੋ ਪੰਜਾਬ ਵਾਲਿਆ ਨੀਵਾਂ ਹੋ ਜਾ ਮਿੱਟੀ ਹੋ ਜਾ ਮਿੱਟੀ ਹੋ ਜਾ ਜੇ ਕਿਤੇ ਅੰਦਰ ਰਹਿ ਗਿਆ ਨਾ ਵੀ ਮੈਂ ਕੀ ਲੈਣਾ ਮੈਂ ਤਾਂ ਫਲਾਨਾ ਹੈ ਤਾਂ ਫਲਾਨੇ ਹੀ ਡੁੱਬਦੇ ਹੈ ਇਸ ਕਰਕੇ ਜੇ ਜਿਵੇਂ ਸਾਡੇ ਘਰ 'ਚ ਆ ਪ੍ਰੋਬਲਮ ਸੀ ਅਸੀਂ ਹੁਣੇ ਨਿਬੇੜ ਲਈ ਔਰ ਜੱਗ ਚਾਰ ਨਿਬੇੜ ਲਈ ਆਈ ਨਿਬੇੜ ਲਓ ਜੇ ਕੋਈ ਸੱਸ ਭੈੜੀ ਲੱਗਦੀ ਹੈ ਨਾ ਜੇ ਕਿਤੇ ਕੋਈ ਨੋ ਬੋਲੀ ਪਾਉਂਦੀ ਫਿਰਦੀ ਹੈ ਵੀ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਕੰਮ ਤੇ ਫੋਟੋ ਟੰਗੀ ਹੋਵੇ ਹੁਣੇ ਭੁੱਲਾ ਬਖਸ਼ਾ ਲਓ ਕੋਈ ਭਰਾ ਦੀ ਭਰਾ ਨਾਲ ਨਹੀਂ ਬਣਦੀ ਹੁਣੇ ਨਿਬੇੜ ਲਓ ਕੋਈ ਘਰ ਵਾਲੇ ਦੀ ਘਰ ਵਾਲੀ ਨਾਲ ਨਹੀਂ ਬਣਦੀ ਹੁਣੇ ਜਾ ਕੇ ਸੌਰੀ ਕਹਿ ਕੇ ਦੋ ਛਿੱਤਰ ਖਾਓ ਤੇ ਕੰਮ ਨਿਬੇੜੋ ਸੌਰੀ ਕਹੋ ਹੋਰ ਕੀ ਜਾਂਦਾ ਪਰਸਨਲ ਤਾਂ ਹੈ ਕੰਮ ਘਰ ਹੀ ਹੈ ਇਨ ਹਾਊਸ ਇਸ ਕਰਕੇ ਜਾ ਕੇ ਹੁਣੇ ਆ ਪ੍ਰੋਗਰਾਮ ਤੋਂ ਬਾਅਦ ਜਾ ਕੇ ਵੀ ਭਗਵਾਨ ਨਾਲੇ ਥੋੜ੍ਹੀ ਵਿੱਚ ਰੱਖ ਲਓ ਵੀ ਐਂ ਮੈਂ ਤਾਂ ਨਹੀਂ ਲੋਟ ਆਉਂਦਾ ਸੀ ਛੋਟਾ ਭਰਾ ਕਹਿ ਗਿਆ ਹੁਣ ਕਰਨਾ ਹੀ ਪੈਣਾ ਆ ਲੈ ਸੌਰੀ ਕਰ ਆਹੀ ਜ਼ਿੰਦਗੀ ਆ ਮੇਲਾ ਵੇਖ ਕੇ ਤੁਰ ਜਾਣਾ ਇੱਥੇ ਪੱਕਾ ਨਹੀਂ ਟਿਕਾਣਾ ਜੱਗ ਜੰਕਸ਼ਨ ਗੱਡੀਆਂ ਦਾ ਲੱਗਿਆ ਰਹਿਣਾ ਆਉਣਾ ਜਾਣਾ ਉਹ ਛੱਡ ਦੇ ਨਫ਼ਰਤਾਂ ਨੂੰ ਗੱਲ ਕਰ ਲੈ ਆਪਸੀ ਦੀ ਕਨਫਰਮ ਦੋਸਤ ਆ ਹੋਏ ਤੇਰੀ ਟਿਕਟ ਵਾਪਸੀ ਦੀ ਇੱਥੇ ਲਿਖੀ ਪਈ ਆ ਬਾਬਾ ਪਤਾ ਨਹੀਂ ਕਿਹੜੇ ਵੇਲੇ ਅੱਜ ਕੱਲ੍ਹ ਵਾਲੇ ਅਟੈਕ ਤਾਂ ਖੜਕਾ ਵੀ ਨਹੀਂ ਕਰਦੇ ਸਾਈਲੈਂਟ ਨੇ ਸਾਈਲੈਂਟ ਨੇ ਸੋ ਬਸਨ ਨਫ਼ਰਤ ਮਤ ਮਾਇਆ ਪਿੱਛੇ ਕਿਸੇ ਨਾਲ ਕੋਈ ਦੁਸ਼ਮਣੀ ਪਾਈ ਨਾ ਉਹ ਬਾਬਾ ਹੱਥਾਂ ਦੀ ਮੈਲ ਹੈ ਇਹ ਭੱਜੀ ਫਿਰਦੀ ਫਕੀਰਾਂ ਪਿੱਛੇ ਮਾਇਆ ਉਹ ਭੱਜੀ ਫਿਰਦੀ ਫਕੀਰਾਂ ਪਿੱਛੇ ਮਾਇਆ ਪਰ ਫਕੀਰ ਭੱਜੇ ਵੇ ਰੱਬ ਦੇ ਪਿੱਛੇ ਇਹ ਭੱਜੀ ਫਿਰਦੀ
فقیر پچھے مایا تے فقیر پچھے وے رب دے پچھے تیرا بھید نام کسے نے بھی پایا ہی وے او تیرا بھید نام کسے نے بھی پایا فقیر پچھے وے رب دے پچھے وے پچی پھر دی فقیر آپ میرے ارگے ہو جگے بابے ہو یہ دا میرے ارگے لال جی کتے بول جگے میرے ارگے مایا 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 کر دے کہران چا بھی کلیش پالیا اندر بھی گند پالیا تے اے سوسائٹی بھی گندی کی تھی سو نبیڑ رو روم روم وچ واس سجن دا افسرو روم روم وچ واس سجن دا ڈاڈا اے درواز سجن دا تر پئیاں ہن یار دے گھر نو نہیں میں چھڈ نہیں سکدی او دے در نو اے دنیا پئی خصماں نو کھاوے اے دنیا پئی خصماں نو کھاوے اے بنا کے دکھائیں بھائی میرے نال تھوڑا ہی فرق ہے دیکھ لو اے میرا تھوڑا ہی فرق ہے میں تو ٹڈ کر لینا آ دنیا پئی خصماں نو کھاوے تے مستی میں پھردی نی میرا تنکا یار وجاوے تے مستی میں پھردی روح اللہ اللہ گاوے تے مستی میں پھردی تے کہندی I'm gonna get you.
ਉੱਚਾ ਨਿਕਲ ਗਿਆ ਵੇ ਰਿਦਮ ਦਿਓ ਹਾਈ ਫ੍ਰੀਕੁਐਂਸੀ ਦੇ ਨੂੰ ਥੋੜੀ ਥੋੜਾ ਵੋਕਲ ਕੇਮ ਦੇ ਅੱਜ ਤਾਂ ਚੜਕੀ ਮਸਤੀ ਭਾਰੀ ਤੇਰੀ ਹਸਤੀ ਮਿਟ ਜਾਊ ਸਾਰੀ ਆਪਾਂ ਮੋਸਟਲੀ ਜਦੋਂ ਕੋਈ ਬਜ਼ੁਰਗ ਵੇਖਦੇ ਹਾਂ ਨਾ ਹੈ ਜਿਹੜਾ ਉਮਰ ਚੋਂ ਵੀ ਲੰਘਿਆ ਜਿਹੜਾ ਯਾਤਰਾ ਚੋਂ ਵੀ ਲੰਘਿਆ ਜਿਹੜਾ ਕਿਸੇ ਨੂੰ ਮੰਦਾ ਨਹੀਂ ਬੋਲਦਾ ਹੈ ਜਿਹੜਾ ਭਲਾ ਹੀ ਭਲਾ ਸੋਚਦਾ ਹੈ ਜਿਹੜਾ ਰੱਬ ਰੱਬ ਹੀ ਕਰੀ ਜਾਂਦਾ ਹੈ ਤਾਂ ਧਰਮ ਨਾਲ ਦੇਖ ਲਓ ਇਹ ਘੜੀ ਸਾਡੇ 'ਤੇ ਵੀ ਆਊਗੀ ਆਊਗੀ ਅੱਖ ਬੰਦ ਕਰਨ ਦੀ ਲੋੜ ਹੈ ਢੂਈ ਸਿੱਧੀ ਕਰਨ ਦੀ ਲੋੜ ਹੈ ਕੁਛ ਮਰਜ਼ੀ ਬੋਲਣਾ ਹੈ ਮੁੜਨਾ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ ਇਹਨਾਂ ਮਸਤ ਫਕੀਰਾਂ ਚੋਂ ਇੱਕ ਫਕੀਰ ਉਹਦੀ ਬੋਲੀ ਚੇਤੇ ਆਉਂਦੀ ਹੈ ਉਹ ਬਾਬਾ ਕਹਿੰਦਾ ਆਹ ਕੰਮ ਕਰ ਲਓ ਰੰਗ ਚੜ ਜਾਣਗੇ ਕਿਹੜੇ ਬਾਬਾ ਤੇ ਪਿੰਡ ਵਾਲਿਓ ਜ਼ਰੂਰੀ ਨਹੀਂ ਕਿਸੇ ਗੁਰਦੁਆਰੇ ਮੰਦਿਰ ਮਸੀਤ ਕੁਟੀਆ ਆਸ਼ਰਮ ਡੇਰਾ ਜਿੱਥੇ ਮਰਜ਼ੀ ਪਰ ਜਿੱਥੇ ਕੋਈ ਬੰਦਗੀ ਵਾਲਾ ਬੈਠਾ ਹੈ ਉੱਥੇ ਆਹ ਗੱਲ ਦਾ ਹੋਕਾ ਹੈ ਆਹ ਕੰਮ ਕਰਨਾ ਰੰਗ ਚੜ ਜਾਣਗੇ ਉਹ ਬਾਬਾ ਆਹ ਕੰਮ ਕਰਨਾ ਉੱਠ ਕੇ ਬੰਦਿਆ ਨਾਮ ਧਿਆ ਲੈ 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 ਨਾਲ ਗੁਰੂ ਦੇ ਪ੍ਰੀਤਾ ਪਾ ਲੈ ਨਾਲ ਗੁਰੂ ਦੇ
بولے اے گرو کا رہا ہے جے کلے گیڑے مار کے مڑ جاؤں گے نا تب بابا جی کا ٹھلو ہے سیم کسے گردوارے چے روز جا کے متھا ٹیک کے بابا جی تو پرشاد لے کے مڑے آونا تے گرنتھ نو پڑھنا نا کچھ نہیں ملنا جدا بابے شیولنگ تے جا کے دودھ چڑھا دینا بل دے پتے چڑھا دینا تے مڑے آونا کچھ نہیں ملنا بس لے کے یاترا تے جانا تے پکنک نوں جانا کھاندے پیندے اوتھے 10 منٹ دا ڈراما کر کے واپس پھر پکنک کچھ نہیں ملنا گرو دے دوار تے جا کے بابا جی نال سیلفی کھچ کے فیس بک تے پا کے پھر ارداس چ کھڑے حاضریاں قبول کرو نہیں ہونی ٹھوک کے مار داڑی اے دیسی کیا ہوا ہے جڑا آ میرے ارگ نے پھڑ رکھا نا کام بچ بھی جاؤ تے ڈنڈک منڈک جی کرو تے لگ گئی حاضری ایسا نہیں لگتی نام جپنا پو تے جڑے فقیراں کولوں تسی آ کے توڑی دیاں پنڈا منگدے ہو نا پاسپورٹ لے لے کے آنے ہو بھی لوایو جی کنیڈا دا ویزا او فقیر اینا کم واسطے نہیں ہوئے جڑے آ کے منڈے منگتے پھردے ہو منڈا دے دو جی او منڈے دین نو نہیں ہے فقیر دا کم ہی میرے ارگے پلے نو رستہ دکھاؤنا ہے بھی آجا میں تا جپی جانا پت تو بھی بیٹھا جا آجا رل کے جپیے میں میری گجو بیبے کو جاؤں گا جے تب پاسپورٹ لے کے تھوڑا جاؤں گا جا میں یہ تھوڑا کہنے جاؤں گا بھی میری ہور چڑھائی کر دے میں تو کہوں گا آپ دیر کا بنا مینو خسم کوڑو خسم منگ جے بندگی والا ہے جے میرے ارگا ڈرامے بازا پاسے ہو جا تائی بابا کہندا ہے اٹھ کے بندیا نام تیا لے اٹھ کے بندیا نام تیا لے نال گرو دے پریتا پالے نال گرو دے پریتا پالے اوئے اٹھ کے بندیا نام تیا لے نال گرو دے پریتا پالے او گرو گھر دا سپیکر بولے گرو گھر دا سپیکر بولے تکڑی نانک دی تیرا ہی تیرا تولے تکڑی نانک دی ਇੱਥੇ ਮਰਦੇ ਆਪਾਂ ਥੈਂਕ ਯੂ ਪੁੱਤੋ ਥੈਂਕ ਯੂ ਇੱਥੇ ਮਰਦੇ ਆਪਾਂ ਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ ਦਿਨ ਕੋਈ ਹੋਰ ਮਨਾਉਂਦੇ ਆ ਗੁਰੂ ਰਵਿਦਾਸ ਜੀ ਦਾ ਦਿਨ ਕੋਈ ਹੋਰ ਮਨਾਉਂਦੇ ਆ ਬਾਬੇ ਨਾਮਦੇਵ ਦਾ ਦਿਨ ਕੋਈ ਹੋਰ ਮਨਾਉਂਦੇ ਆ ਬਾਬੇ ਕਬੀਰ ਦਾ ਦਿਨ ਕੋਈ ਹੋਰ ਮਨਾਉਂਦੇ ਆ ਇੱਥੇ ਮਰਦੇ ਆ ਜਦੋਂ ਆਪਦੇ ਆਪਦੇ ਗੁਰੂ ਮੰਨ ਕੇ ਨਗਰ ਕੀਰਤਨ ਕਰਦੇ ਆ ਇੱਥੇ ਮਰਦੇ ਆ ਰਲ ਕੇ ਕੱਢੋ ਇੱਕ ਪਿਓ ਦੇ ਪੁੱਤ ਹੋ ਕੇ ਕੱਢੋ ਸਵਾਦ ਆਜੂ ਬਾਬਿਓ ਪੜ ਕੇ ਵੇਖ ਕਦੇ ਗੁਰਬਾਣੀ ਪੜ ਕੇ ਵੇਖ ਕਦੇ ਗੁਰਬਾਣੀ ਮਨੂਆ ਕਦੇ ਨਾ ਡੋਲੇ ਤੱਕੜੀ ਨਾਨਕ ਦੀ ਤੇਰਾ ਹੀ ਤੇਰਾ ਤੋਲੇ ਤੱਕੜੀ ਨਾਨਕ ਦੀ ¡Gracias!
ਹੁਣ ਜਿਵੇਂ ਤੁਹਾਡੇ ਚਿਹਰਿਆਂ ਤੇ ਹਾਸਾ ਨਾ ਖੜੇ ਪਏ ਹੋ ਓ ਐਦਾਂ ਹੀ ਰਿਹਾ ਕਰੋ ਯਾਰ ਜੇ ਤੁਸੀਂ ਆਖੋ ਨਾ ਵੀ ਕਿ ਪੈਸਾ ਘੱਟ ਹੈ ਤੇ ਖੁਸ਼ੀ ਨਹੀਂ ਆ ਸਕਦੀ ਆ ਬੈਠਾ ਪੈਸੇ ਵਾਲਾ ਜਲੂਸ ਨਿਕਲਿਆ ਪਿਆ ਦਾ ਕੱਲਾ ਪੈਸਾ ਰਹਿ ਗਿਆ ਪਰ ਸ਼ੇਰ ਬਣ ਕੇ ਰਹੀਦਾ ਖੁਸ਼ ਰਹੀਦਾ ਕੋਈ ਨਹੀਂ ਯਾਰ ਤੇਰਾ ਹਿਸਾਬ ਕਿਤਾਬ ਹੈ ਕਰੀ ਚੱਲ ਬੰਦਿਆ ਕਰਮ ਕਮਾਉਣਾ ਸਿੱਖ ਲੈ ਰਜ਼ਾ ਉਹਦੀ ਵਿੱਚ ਜਿਉਣਾ ਸਿੱਖ ਲੈ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਧੇ ਰਾਧੇ ਨਾਰਾਇਣ ਤੂੰ ਮਹਾਦੇਵ ਤੂੰ ਹਰੀਨਾਥ ਤੂੰ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਗਾਉਣਾ ਸਿੱਖ ਲੈ ਠੰਡੇ ਦਿੰਦਾ ਝੋਲੇ ਤੱਕੜੀ ਨਾਨਕ ਦੀ ਤੇਰਾ ਹੀ ਤੇਰਾ ਦਰ ਤੇ ਸੁਦਾਮਾ ਗਰੀਬ ਆ ਗਿਆ ਹੈ
बे सुधामा गरीब हो गया है ये दर पे सुधामा गरीब हो गया अब मुड़ना लथने ऐसे रंग चढ़ा देन के पीपा नी मुड़ना लथने ऐसे रंग चढ़ा देन के पीपा ना जाई मस्ता दे वेड़े मस्त बना देन के पीपा ਟਿਕਟ ਵਾਪਸੀ ਦੀ ਆ ਜੋ ਲਾਉਣੇ ਤੇ ਨਾਲ ਨਾਲ ਬਾਬੇ ਉਹ ਛੱਲੇ ਦੀਆਂ ਚੰਦਕ ਲੈਣਾ ਤੇ ਬੇਬੇ ਨਾਲ ਨਾਲ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵਿੜੇ ਨਿਗਧਾ ਤਰੇਸ਼ਕੇ ਦਾ ਆ ਜੋ ਸਾਰੇ ਰਲ ਕੇ ਜਿਹੀ ਲਾਉਣੇ ਆ ਤੇ ਨਾਲ ਨਾਲ ਰਹੋ ਬਾਬੇ ਨਾਲ ਨਾਲ ਰਹੋ ਕੋਈ ਨੀ ਗਾ ਦੀ ਕੋਈ ਬਹਿ ਜਾ ਇੱਥੇ ਬਹਿ ਜਾ ਛੱਲਾ ਉੱਚਾ ਕਰ ਲਓ ਦੋ ਕਰ ਲਾ ਦੋ ਹੀ ਕਰ ਲਾ ਦੋ ਲਾ ਬਾਬੇ ਉਹ ਛੱਲਾ ਪੰਜਾਬ ਦਾ ਛੱਲਾ ਲੋਕਾਂ ਦਾ ਛੱਲਾ ਲੋਕ ਗੀਤ ਛੱਲਾ ਤੁਰ ਜਾਏਗੀ ਹੋ ਨੀ ਮੈਂ ਕਰਦੀ ਹੀਰੇ ਨੀ ਇੱਕ ਦਿਨ ਤੁਰ ਜਾਏਗੀ ਤੋਰਨਗੇ ਭੈਣਾ ਵੀਰੇ ਤੇਰੇ ਬੰਨ ਕੇ ਸ਼ਗਨ ਕਲੀਰੇ ਇੱਕ ਦਿਨ ਤੁਰ ਜਾਏਗੀ ਮੈਂ ਕਰਦੀ ਹੀਰੇ ਨੀ ਇੱਕ ਦਿਨ ਤੁਰ ਜਾਏਗੀ ਓ ਮੈਂ ਕਰਦੀ ਹੀਰੇ ਨੀ ਇੱਕ ਦਿਨ ਤੁਰ ਜਾਏਗੀ ਪਤਾ ਮੈਥੋਂ ਕੀ ਗਲਤੀ ਹੋ ਗਈ ਤੁਸੀਂ ਉਧਰੋਂ ਇੱਧਰ ਕਿਉਂ ਆ ਗਏ ਕਿ ਹੁਣ ਨੇੜਿਓਂ ਦਿੰਦਾ ਬਾਬੂ ਜੀ ਸਤਿ ਸ਼੍ਰੀ ਅਕਾਲ
جيانو میں سو بھی جوڑیا لکھ بھی جوڑیا جڑے پچھے سڑک تے گیا پر میں اندروں ناتے توڑ لے تے بھجدا بھجدا پھل میں بیٹھا بھجدا بھجدا پھل میں بیٹھا اوے اونے جو دینا وہی او کھانا میں اودیاں اوے گٹھڑیاں بن بیٹھا او بھائی جڑا نال نہیں جانا میں اودیاں اوے گٹھڑیاں بن بیٹھا او بھائی جڑا نال نہیں جانا کیا وڈے بھائی آگی چٹھی بی بی اگے کی ہویا آگی چٹھی تے واج پہ گئی میں رو رو کری تیاری آگی چٹھی واج پہ گئی رو رو کری تیاری بنی گٹھڑی میں چکن لگا ہوا ہے انہیں پرے وگا کے ماری ہوئی انہیں پرے وگا کے ماری رمن یہ ہیپن ہے بہت بڑا ہن پرے وگا کے ماری ہے نا جتھے اوتھے تیرا کچھ چاہیدا ہے کچھ بھی آوے کچھ بھی کیونکہ یہ چھوٹی جی گل نہیں ہے بھی انہیں میرا پلان یہ سی بھی میں گٹھڑی نال لے کے جاؤں گا پر انہیں چان چک انہیں وگا کے ماری بھی کم کرے نہیں نال جانی یہ چھوٹی جی گل نہیں ہے کہ میں ایک گٹھڑی بھر رہا ہوں تے مینوں اے پلیکھا وی تے نال ہی رہنی ہے چانک میری موت ہوئی میں او گٹھڑی نال چکن لگیا تے مہاراج کہندے اے نہیں نال جانی کی بیتو گی میرے تے تے دھیان دیو کتے میرے انگو تسی وی کتے گٹھڑی چ سمان اوہی تے نہیں بھری جاندے اس گٹھڑی وچ پروار سی میرا رہ گیا بہت وڈا گھر بار سی میرا رہ گیا اس گٹھڑی وچ پروار سی میرا بہت وڈا گھر بار سی میرا او کلا کلا یار سی میرا او سچ جانیو اے سنسار سی میرا رہ گیا بھل گیا ایتھے بندہ میرے ورگا تے پھس گیا بھل بیٹھا سی میں موت دے ویلے ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ ਮੈਨੂੰ ਇੰਨਾ ਹੀ ਲਾਂਬੂ ਲਾਣਾ ਮੈਂ ਉਹਦੀਆਂ ਉਦੋਂ ਤਾਂ ਜਦੋਂ ਕੰਮ ਜਾ ਹੋ ਜਾਂਦਾ ਨਾ ਤਾਂ ਤੁਸੀਂ ਵੀ ਦੇਖਦੇ ਹੋਵੋਗੇ ਕਿ ਦੋ ਕੁ ਘੰਟਿਆਂ ਬਾਅਦ ਘਰੇ ਘੁਸਰ ਮੁਸਰ ਜਿਹੀ ਆਉਣ ਲੱਗ ਜਾਂਦੀ ਹੈ ਧੀਆਂ ਪੁੱਤ ਘੜੀਆਂ ਵੇਖਣ ਲੱਗ ਜਾਂਦੇ ਜੇ ਬੰਗਿਆਂ ਵਾਲੀ ਭੂਆ ਨਹੀਂ ਆਈ ਤਾਂ ਸਿਵਿਆਂ 'ਚ ਹੀ ਕਹਿ ਦਿਓ ਉੱਥੇ ਹੀ ਪਹੁੰਚੂ ਸਿੱਧੀ ਆਹ ਜਿਹੜੇ ਹਵਾਈ ਜਹਾਜ਼ ਬਣੇ ਫਿਰਦੇ ਨਾ ਵੀ ਜੇ ਮੈਂ ਚਲਾ ਗਿਆ ਤਾਂ ਆ ਪਿੰਡ ਦਾ ਕੀ ਹੋਊ ਇਹ ਤਾਂ ਬਰਬਾਦ ਹੀ ਹੋਜੂ ਭੁਲੇਖੇ 'ਚ ਨਾ ਰਹੀ ਇਹ ਤੇਰੇ ਤੋਂ ਪਹਿਲਾਂ ਵੀ ਐਂ ਚੱਲਦਾ ਸੀ ਅਤੇ ਤੇਰੇ ਤੋਂ ਬਾਅਦ 'ਚ ਵੀ ਐਂ ਚੱਲੂ ਜੇ ਮੈਂ ਭੁਲੇਖਾ ਪਾਵਾਂ ਵੀ ਮੈਨੂੰ ਕੁਛ ਹੋ ਗਿਆ ਪੰਜਾਬੀ ਸੱਭਿਆਚਾਰ ਦਾ ਕੀ ਬਣੂ ਤਾਂ ਮੈਂ ਭੁਲੇਖੇ 'ਚ ਹੈ ਇਹ ਪਹਿਲਾਂ ਬਾਬੇ ਯਮਲੇ ਹੋਰਾਂ ਦੇ ਵੇਲੇ ਤੋਂ ਐਂ ਚੱਲਦਾ ਗੁਰਦਾਸ ਮਾਨ ਸਾਹਿਬ ਆ ਗਏ ਹਰਭਜਨ ਮਾਨ ਬਾਈ ਆ ਗਿਆ ਵਾਰਸ ਭਰਾ ਆ ਗਏ ਹੈ ਕੋਈ ਨਹੀਂ ਬਾਬੇ ਕੋਈ ਨਹੀਂ ਓ ਕੋਈ ਨਹੀਂ ਬੇਨਤੀ ਹੈ ਤੁਸੀਂ ਉਸ ਚੌਖਟ 'ਤੇ ਬੈਠੇ ਹੋ ਉਸ ਚਾਰ ਦੀਵਾਰੀ ਦੇ ਅੰਦਰ ਤੁਸੀਂ ਇੱਥੇ ਉਹ ਡਰਾਉਣ ਵਾਲੀਆਂ ਚੀਜ਼ਾਂ ਕਿਤੇ ਇਰਦ ਗਿਰਦ ਨਹੀਂ ਖੜਨੀਆਂ ਕਿਰਪਾ ਕਰਕੇ ਬੈਠਣ ਦੀ ਕੋਸ਼ਿਸ਼ ਕਰੋ ਪਿਆਰ ਦਾ ਸਬੂਤ ਦਿਓ ਬੈਠਣ ਦੀ ਕੋਸ਼ਿਸ਼ ਕਰੋ ਬਹੁਤ ਵੱਡਾ ਗਾਣਾ ਤੁਸੀਂ ਸੁਣ ਰਹੇ ਹੋ ਔਰ
ਸਾਨੂੰ ਮਾਣ ਹੈ ਬਾਈ ਗਰੇਵਾਲ ਜੀ ਤੇ ਕਿ ਪੰਜਾਬੀ ਮਾਂ ਬੋਲੀ ਦੇ ਗਲੇ ਦੇ ਵਿੱਚ ਐਸੇ ਅਨਮੋਲ ਹੀਰੇ ਨੇ ਇੱਕ ਇੱਕ ਪਲ ਇੱਕ ਇੱਕ ਛਿਣ ਇੱਕ ਇੱਕ ਲਫ਼ਜ਼ ਜ਼ਹਿਨ ਦੇ ਵਿੱਚ ਦਿਲੋਂ ਦਿਮਾਗ ਦੇ ਵਿੱਚ ਬਿਠਾਉਣ ਵਾਲੀਆਂ ਗੱਲਾਂ ਬਾਤਾਂ ਚੱਲ ਰਹੀਆਂ ਉਹ ਗੀਤ ਸੰਗੀਤ ਉਹ ਗਾਣਾ ਚੱਲ ਰਿਹਾ ਸ਼ਾਇਦ ਐਸੀ ਸ਼ਬਦਾਵਲੀ ਮਰ ਕੇ ਨਹੀਂ ਮਿਲਦੀ ਕਿਰਪਾ ਕਰਕੇ ਬੈਠਣ ਦੀ ਕੋਸ਼ਿਸ਼ ਕਰੋ ਕਿ ਅੱਛੀ ਸੰਗਤ ਬੈਠ ਕੇ ਸੰਗੀ ਬਦਲੇ ਰੂਪ ਜੈਸੇ ਮਿਲ ਕਰ ਆਗ ਮੇ ਮਿੱਠੀ ਹੋ ਗਈ ਧੂਪ ਆਓ ਐਸਾ ਬੈਠੀਏ ਆਪਾਂ ਕਰ ਸਬਰ ਤੇ ਬੈਠ ਨਿਦਾਨ ਦਿਲਾ ਕਰ ਸਬਰ ਤੇ ਬੈਠ ਨਿਦਾਨ ਦਿਲਾ ਸਬਰ ਕੀਤਿਆਂ ਫਾਇਦੇ ਹਜ਼ਾਰ ਹੁੰਦੇ ਸਬਰ ਕੀਤਿਆਂ ਉਹ ਮਹਿਬੂਬ ਮਿਲਦੇ ਜਿਹਦੇ ਵੇਖਿਆ ਨੈਣ ਗੁਲਜ਼ਾਰ ਹੁੰਦੇ ਸਬਰ ਕੀਤਿਆਂ ਉਹ ਗੁੱਲ ਹੱਥਾਂ ਦੇ ਗੁੱਲ ਇੱਕ ਤੇ ਕੰਡੇ ਹਜ਼ਾਰ ਹੁੰਦੇ ਵਾਰਿਸ ਸ਼ਾਹ ਸਾਈਆਂ ਸਬਰਾਂ ਵਾਲਿਆਂ ਦੇ ਬੇੜੇ ਦੋਨਾਂ ਜਹਾਨਾਂ ਤੋਂ ਪਾਰ ਹੁੰਦੇ ਬੇੜੇ ਦੋਨਾਂ ਜਹਾਨਾਂ ਤੋਂ ਪਾਰ ਹੁੰਦੇ ਆਓ ਇੱਕ ਮਨ ਇੱਕ ਚਿੱਤ ਹੋ ਕੇ ਬਾਈ ਕਨਵਰ ਗਰੇਵਾਲ ਜੀ ਦੁਬਾਰਾ ਫਿਰ ਆਪਾਂ ਜੋੜੀ ਉਹਨਾਂ ਦੇ ਨਾਲ ਜੁੜੀਏ ਇੱਥੋਂ ਕੁਛ ਲੈ ਕੇ ਜਾਈਏ ਝੋਲੀਆਂ ਭਰ ਭਰ ਕੇ ਲੈ ਕੇ ਜਾਈਏ ਸੋ ਬੇਨਤੀ ਆ ਬਾਈ ਕਨਵਰ ਗਰੇਵਾਲ ਜੀ ਇੱਕ ਮਿੰਟ ਗੱਲ ਸੁਣਿਓ ਮੇਰੀ ਇੱਕ ਬਾਈ ਬਾਈ ਇੱਕ ਮਿੰਟ ਗੱਲ ਸੁਣਿਓ ਚੁੱਪ ਕਰਿਓ ਇੱਕ ਮਿੰਟ ਆਪਾਂ ਡਰ ਗਏ ਹੈ ਨਾ ਆਪਾਂ ਡਰੇ ਪਤਾ ਕਿਉਂ ਵੀ ਇਹ ਸੱਪ ਹੈ ਇਹਦੇ 'ਚ ਜ਼ਹਿਰ ਹੈ ਇਹ ਲੜ ਨਾ ਜਾਵੇ ਆਪਣੇ 'ਚ ਜ਼ਹਿਰ ਹੈ ਨਹੀਂ ਜਿਵੇਂ ਮੰਨ ਲਓ ਮੈਂ ਨਫ਼ਰਤ ਨਾਲ ਜ਼ਹਿਰ ਨਾਲ ਭਰਿਆ ਫਿਰਦਾ ਹੈ ਮੈਨੂੰ ਕੋਈ ਚੰਗਾ ਹੀ ਨਹੀਂ ਲੱਗਦਾ ਅਤੇ ਜੇ ਮੈਂ ਆਵਾਂ ਤਾਂ ਮੈਂ ਇੱਥੋਂ ਐਂ ਪਾਸੇ ਭੱਜਣ ਲੋਕ ਇਹ ਤਾਂ ਗੁਰੂ ਦੀ ਮਹਿਮਾ ਕੋਈ ਉਹ ਤੋਂ ਹਜ਼ਾਰਾਂ ਗੁਣਾ ਵੱਧ ਜ਼ਹਿਰ ਅੰਦਰ ਚੱਕੀ ਫਿਰਦਾ ਹੈ ਸਮੇਤ ਮੇਰੇ ਔਰ ਦੂਜੀ ਗੱਲ ਤੁਹਾਡੀ ਐਂ ਨਹੀਂ ਸਮਝ ਆਉਂਦੀ ਵੀ ਕੋਈ ਭੈਣ ਭਰਾ ਗੇੜਾ ਮਾਰਨ ਆਉਂਦਾ ਤੁਸੀਂ ਡਰਦੇ ਕਾਹਤੋਂ ਇਹ ਛੱਲਾ ਨਾ ਨਾ ਖੇਵੇ ਔਰ ਮੇਰੀ ਗੱਲ ਯਾਦ ਰੱਖਿਓ ਇੱਕ ਹੋਰ ਆਉਣ ਵਾਲਾ ਹੈ ਆਹ
ترجمة
ਆਓ ਜੀ ਮੈਂ ਜੇ ਮੈਂ ਬੋਲੀ ਪੈਂਦੀ ਉਹਦੇ ਨਾਲ ਵੀ ਬੇਬੇ ਚੱਲੀ ਨਾ ਜਾਵੇ ਮਸਤ ਫਕੀਰਾਂ ਦੀ ਹੜਕ 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 ਚੱਲੀ ਨਾ ਜਾਵੇ ਫਕੀਰਾਂ ਦੀ ਹੜਕ ਚੱਲੀ ਨਾ ਜਾਵੇ ਮਸਤ ਫਕੀਰਾਂ ਦੀ ਹੜਕ ਚੱਲੀ ਨਾ ਜਾਵੇ ਮਸਤ ਫਕੀਰਾਂ ਦੀ ਹੜਕ ਚੱਲੀ ਨਾ ਜਾਵੇ ਮਸਤ ਫਕੀਰਾਂ ਦੀ ਜਿੰਦ ਤੁਰ ਮਸਤ ਫਕੀਰਾਂ ਦੀ ਹੜਕ ਚੱਲੀ ਨਾ ਜਾਵੇ ਮਸਤ ਫਕੀਰਾਂ ਦੀ ਹੜਕ ਚੱਲੀ ਨਾ ਜਾਵੇ ਮਸਤ
ਭਾਈ ਕੇ ਮਿੱਤਰਾਂ ਨੇ ਵੀ ਗਾਉਣਾ ਆ ਮਾਣੀਏ ਪਲ ਪਲ ਨੂੰ ਓਏ ਇੱਥੇ ਰੋਜ਼ ਰੋਜ਼ ਨਹੀਂ ਆਉਣਾ ਧਰਮਸ਼ਾਲਾ ਗਏ ਗਾਉਣ ਵਾਸਤੇ ਉੱਥੇ ਕੋਈ ਆਫੀਸਰ ਮਿਲੇ ਤਾਂ ਥੈਂਕ ਯੂ ਉੱਥੇ ਇੱਕ ਅਫਸਰ ਮਿਲੇ ਕਹਿੰਦੇ ਤੁਹਾਡੀ ਸਕਿਉਰਿਟੀ ਕਿੱਥੇ ਹੈ ਮੈਂ ਕਿਹਾ ਜੀ ਸਕਿਉਰਿਟੀ ਕਹਿੰਦੇ ਤੁਹਾਡੀ ਸਕਿਉਰਿਟੀ ਕਿੱਥੇ ਹੈ ਮੈਂ ਕਿਹਾ ਜੀ ਹੈ ਨਹੀਂ ਕਹਿੰਦੇ ਕਿਉਂ ਨਹੀਂ ਮੈਂ ਕਿਹਾ ਜੀ ਡਰ ਹੀ ਨਹੀਂ ਲੱਗਦਾ ਮੈਂ ਕਿਹਾ ਜਾਂਦਾ ਕੁਛ ਇਹੋ ਜਿਹਾ ਕਰੋ ਵੀ ਮੈਨੂੰ ਡਰ ਲੱਗੇ ਤੇ ਮੈਂ ਕਹਾਂ ਹਾਏ ਸਕਿਉਰਿਟੀ ਹਾਏ ਸਕਿਉਰਿਟੀ ਹਾਏ ਸਕਿਉਰਿਟੀ ਮੈਂ ਕਿਹਾ ਹੁਣ ਕੋਈ ਡਰ ਤਾਂ ਲੱਗੇ ਨਾ ਵੀ ਹਾਏ ਕੋਈ ਗੋਲੀ ਨਾ ਮਾਰ ਦੇ ਹਾਏ ਕੋਈ ਰਾਜ ਨਾ ਘੇਰ ਲੈ ਇੱਕ ਦਿਨ ਦੀ ਗੱਲ ਹੈ ਮਾਫ ਕਰੇ ਰੱਬ ਪਤਾ ਨਹੀਂ ਹੁਣ ਕਰਨੀ ਚਾਹੀਦੀ ਸੀ ਕਿ ਨਹੀਂ ਹੁਣ ਵਹਾਅ ਚ ਹੈ ਅੰਮ੍ਰਿਤਸਰੋਂ ਰਾਤ ਨੂੰ ਹੁਣ ਬਾਬਿਆਂ ਵਾਲੇ ਪਾਸੇ ਨਾ ਲੈ ਜਾਓ ਉਹਨੂੰ ਇਹਨੂੰ ਐਂ ਨਾ ਸਮਝ ਲਓ ਵੀ ਕਮਰ ਆਪਣਾ ਬਾਬਾ ਹੈ ਉਹ ਨਹੀਂ ਉਹਦੀ ਮਿਹਰ ਡਰ ਕਿਉਂ ਨਹੀਂ ਲੱਗਦਾ ਕਿਹਨੂੰ ਨਹੀਂ ਲੱਗਦਾ ਚੋਰ ਬਹਿ ਗਏ ਫਗਵਾੜੇ ਤੋਂ ਗਰਾਇਆਂ ਦੇ ਰਸਤੇ ਜਿਹ ਚ ਪੰਜ ਭਰਾ ਸੀ ਉਹ ਮੈਂ ਇਕੱਲਾ ਹੀ ਸੀ ਅੰਮ੍ਰਿਤਸਰੋਂ 12 ਕੁ ਵਜੇ ਤੁਰਿਆ ਮੈਂ ਤੇ ਪੌਣੇ ਕੁ ਦੋ ਡੇਢ ਪੌਣੇ ਦੋ ਦਾ ਟਾਈਮ ਸੀ ਗਰਾਇਆਂ ਦੇ ਲਾਗੇ ਹੱਥ ਦੇ ਲਿਆ ਉਹਨਾਂ ਨੇ ਮੈਂ ਰੋਕ ਲਿਆ 9ਵੇਂ ਮਹੱਲੇ ਦੇ ਸਲੋਕ ਚੱਲੀ ਜਾਂਦੇ ਸੀ ਕਾਰ 'ਚ ਮੈਂ ਸੁਣਦਾ ਸੁਣਦਾ ਆਰਾਮ ਨਾਲ ਆਪਦਾ ਜਾਈ ਜਾਂਦਾ ਸੀ ਉਹ ਨਾਲ ਬਹਿ ਗਏ ਇੱਕ ਮੂਹਰੇ ਬਹਿ ਗਿਆ ਚਾਰ ਮਗਰ ਬਹਿ ਗਏ ਕਾਰ 'ਚ ਬੈਠਣ ਸਾਰ ਮੂਹਰਲੇ ਦੀ ਨਿਗਾਹ ਪੈ ਗਈ ਵੀ ਇਹ ਤਾਂ ਉਹ ਹੈ ਜਮਾਂਦਰੂ ਇੱਥੇ ਜਾ ਕੇ ਕਹਿੰਦਾ ਬਾਬਾ ਜੀ ਤਾਰ ਦਿਓ ਤੇ ਮੈਂ ਮੇਰੀ ਨਿਗਾਹ ਗਾਂ ਹੀ ਹੈ ਮੈਂ ਕਿਹਾ ਹੁਣ ਤਾਂ ਬੈਠੇ ਹੋ ਜਾਣਾ ਨਹੀਂ ਕਿਤੇ ਉਹ ਮੈਨੂੰ ਮੂਹਰਲਾ ਕਹਿੰਦਾ ਜੀ ਅਸੀਂ ਤਾਂ ਦੂਜੇ ਕੰਮ ਵਾਲੇ ਹਾਂ ਤੇ ਮੈਂ ਕਿਹਾ ਇੱਦੂ ਵਧੀਆ ਮੌਕਾ ਹੋਰ ਕਿੱਥੇ ਮਿਲੂ ਕਰ ਦੂਜਾ ਕੰਮ ਠੋਕਦੇ ਉੱਥੇ ਹੀ ਉਤਰ ਗਏ ਹੁਣ ਉਹ ਰਾਤ ਨੂੰ ਉਹਨਾਂ ਨੇ ਲੁੱਟ ਕਰਨੀ ਸੀ ਕੁਛ ਚੋਰੀ ਕਰਨਾ ਸੀ ਇੱਥੇ ਟਾਕੀ ਖੁੱਲ੍ਹੀ ਆ ਮੂਹਰੇ ਖੜ੍ਹੇ ਆ ਪੰਜੇ ਇੱਥੇ ਇੱਕ 500 ਦਾ ਨੋਟ ਪਿਆ ਮੂਹਰੇ ਜਿੱਥੇ ਗੇਰ ਹੁੰਦਾ ਉਹਦੇ ਪਜਾਰੋ ਸੀ ਕੋਲੇ ਉੱਥੋਂ 500 ਦਾ ਨੋਟ ਚੱਕਿਆ ਮੈਂ ਉਹਨਾਂ ਨੂੰ ਕਹਿ ਰਿਹਾ ਮੈਂ ਕਿਹਾ ਦੁੱਧ ਪੀ ਲਿਓ ਉਹਦਾ ਯਾਰ ਰਾਤ ਆ ਮੈਂ ਕਿਹਾ ਆਇਆ ਚੋਰ ਬਣ ਕੇ ਸੀ ਇੱਦਾਂ ਫੜੇ ਹੋਣੇ ਹੁਣ ਮੈਂ ਕਿਵੇਂ ਕਹਿ ਦਿਆਂ ਔਰ ਇਹ ਮੇਰੇ ਇਕੱਲੇ ਨਾਲ ਨਹੀਂ ਤੁਹਾਡੇ ਨਾਲ ਵੀ ਵਾਪਰਦ ਗਿਆ ਹੈ ਔਰ ਮੈਂ ਫਿਰ ਕਹਿੰਦਾ ਇੱਕ ਮਿੰਟ ਖੜ ਜੀ ਗੱਲ ਬਹੁਤ ਜ਼ਰੂਰੀ ਹੈ ਇਹਦੇ 'ਚ ਬਾਬੇ ਵਾਲਾ ਕੰਮ ਨਹੀਂ ਵੀ ਹੁਣ ਕਮਰ ਸਾਡਾ ਕੋਈ ਬਾਬਾ ਇਹਦੇ ਸ਼ਕਤੀ ਹੈ ਕੋਈ ਇੱਦਾਂ ਦਾ ਕੁਛ ਨਹੀਂ ਹੈ ਜਿਹਦੇ ਹੱਥ 'ਚ ਰਿਮੋਟ ਹੈ ਉਹ ਚੋਰ ਨੂੰ ਵੀ ਸਾਧ ਕਰ ਦਿੰਦਾ ਹੈ ਰੌਲਾ ਅਸੀਂ ਕਿੱਥੇ ਮਰਦੇ ਹਾਂ ਸਾਡਾ ਕੰਮ ਉਹ ਹੈ ਵੀ ਦ੍ਰੋਪਦੀ ਨੇ ਇੱਕ ਹੱਥ ਸਾੜੀ ਨੂੰ ਪਾਇਆ ਹੋਇਆ ਅਤੇ ਇੱਕ ਹੱਥ ਨਾਲ ਕ੍ਰਿਸ਼ਨਾ ਕ੍ਰਿਸ਼ਨਾ ਕਰੀ ਜਾਂਦੀ ਹੈ ਅਤੇ ਬਾਬਾ ਕਹਿੰਦਾ ਵੀ ਜਾਂ ਤਾਂ ਦੋਨੇ ਸਾੜੀ ਨੂੰ ਪਾਲਾ ਜਾਂ ਦੋਨੇ ਛੱਡ ਕੇ ਮੇਰੇ ਨਹੀਂ ਕਰਦੇ ਕ੍ਰਿਸ਼ਨਾ ਕਹਿੰਦਾ ਉਦੋਂ ਹੀ ਆ ਜਾਊ ਸਾਡਾ ਰੌਲਾ ਇੱਥੇ ਜੇ ਪਿਆ ਹੋਇਆ ਸੱਪ ਆ ਜਾਏ ਅਸੀਂ ਉਦੋਂ ਹੀ ਡਰ ਜਾਂਦੇ ਹਾਂ ਵੀ ਨਾ 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 ਆਹੀ ਕਿਤੇ ਕੱਲ੍ਹ ਨੂੰ ਦੁਪਹਿਰੇ ਉੱਥੇ ਗੱਲਾਂ ਚੱਲਦੀਆਂ ਹਨ ਮੇਰੇ ਵਰਗੇ ਚਾਰ ਕੁ ਵਿਦਵਾਨ ਵਿੱਚ ਬੈਠੇ ਹੋਣਗੇ ਐਂ ਡਰਨ ਵਾਲੀ ਕਿਹੜੀ ਗੱਲ ਸੀ ਇਹ ਉਹ ਲੋਕ ਆ ਜਿਹਨਾਂ ਦਾ ਇੱਕ ਹੱਥ ਸਾੜੀ ਨੂੰ ਹੈ ਅਤੇ ਇੱਕ ਨਾ ਕ੍ਰਿਸ਼ਨਾ
ਤੇ ਬਾਬਾ ਕਹਿੰਦਾ ਨੰਗਾ ਹੋ ਮੇਰੇ ਮੂਰੇ ਜਾਂ ਤਾਂ ਤੋ ਮੈਂ ਸਾੜੀ ਨੂੰ ਪਾ ਤੇ ਜਾਂ ਫਿਰ ਤੋ ਮੈਨੂੰ ਬਾਬਾ ਕਹਿੰਦਾ ਨਾ ਸਤਗੁਰ ਕੋਟ ਪੈਂਡਾ ਸਤਗੁਰ ਕੋਟ ਪੈਂਡਾ ਅਗੇ ਹੋਏ ਲੇਤਾ ਹੈ ਓਏ ਉਹ ਤਾਂ ਮਹਿਬੂਬ ਆਪਣਾ ਅਸੀਂ ਮਸ਼ੂਕਾਂ ਉਹਦੀਆਂ ਮਸ਼ੂਕਾਂ ਤੇ ਮਹਿਬੂਬ ਨੂੰ ਦਿਲੋਂ ਆਵਾਜ਼ ਮਾਰੀ ਹੋਵੇ ਉਹ ਮਹਿਬੂਬ ਹੈ ਬਾਹਰੋਂ ਵੀ ਨਹੀਂ ਬੋਲਦਾ ਅੰਦਰੋਂ ਹੀ ਬੋਲੂ ਤੇਰਾ ਘਰੋਂ ਹੀ ਬੋਲੂ ਸੋ ਗੱਲ ਯਕੀਨ ਦੀ ਆ ਬਾਬਿਓ ਅਸੀਂ ਵੀ ਆਪਦੀ ਤਿਆਰੀ ਕਰ ਰਹੇ ਹਾਂ ਵੀ ਕਿ ਰੱਬਾ ਤੜਕੇ ਉੱਠ ਕੇ ਜਾਂਦਾ ਫਿਰ ਉਹ ਸੁਣਾਉਣੋਂ ਹਟਦੇ ਵੀ ਨਿਰਭਾਓ ਕਿ ਮੇਰਾ ਪਿਓ ਨਿਰਭਾਓ ਹੈ ਜਾਂ ਫਿਰ ਮੈਨੂੰ ਡਰ ਨਾ ਲੱਗੇ ਜੇ ਮੈਂ ਤੇਰਾ ਤੜਕੇ ਉੱਠ ਕੇ ਜੇ ਤੂੰ ਪੜ੍ਹਦਾ ਨਾ ਨਿਰਵੈਰ ਫਿਰ ਮੇਰਾ ਕਿਸੇ ਨਾਲ ਵੈਰ ਨਾ ਰੱਖੀ ਜੇ ਵੈਰ ਰੱਖਣਾ ਫਿਰ ਕਹਿਦੇ ਵੀ ਤੂੰ ਮੇਰਾ ਨਹੀਂ ਇਹ ਕਹਾਣੀ ਇੱਥੇ ਖੜੀ ਆ ਪੰਜਾਬ ਵਾਲਿਓ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਬਹਾਦਰਾਂ ਯੋਧਿਆਂ ਦੀ ਧਰਤੀ ਹੈ ਮੰਗਤੇ ਬਣ ਕੇ ਜ਼ਿੰਦਗੀ ਨਾ ਜਿਉ ਡਰ ਕੇ ਜ਼ਿੰਦਗੀ ਨਾ ਜਿਉ ਬਾਬਿਓ ਜਿੱਤੇ ਆ ਗਈ ਲਿਖੀ ਪਈ ਹੈ ਜ਼ਰੂਰੀ ਨਹੀਂ ਵੀ ਕਮਰ ਸਟੇਜ ਤੇ ਗਾਵੇ ਕਾਰ 'ਚ ਸਫ਼ਰ ਕਰੇ ਘਰੋਂ ਚੱਕ ਲੂ ਬਾਬਿਓ ਰਜਾਈ 'ਚੋਂ ਘਰੋਂ ਰਜਾਈ 'ਚੋਂ ਚੱਕ ਲੂ ਔਰ ਇਹ ਗੱਲ ਪੱਕੀ ਹੈ ਇਹ ਸੁਣੀ ਸੁਣਾਈ ਨਹੀਂ ਇਹ ਵਾਪਰ ਰਹੀ ਹੈ ਕਿਉਂ ਛੱਡਿਓ ਡੂ ਯੂ ਨੋ ਖਾਉਰੇ ਕੀਮਤ ਪੈ ਜਾਵੇ ਸਵਾਲ ਤਾਂ ਹੈ ਜੇ ਤੜਕੇ ਕਿਸੇ ਬਜ਼ੁਰਗ ਦੇ ਘਰੇ ਬੈਠਾ ਹੋਵੇ ਉਹਦੇ ਮੰਜੇ ਤੇ ਵੀ ਇਹਦੇ ਨਹੁੰ ਕੱਟਣ ਵਾਲੇ ਆ ਕੱਟ ਇਹਦੇ ਨਹੁੰ ਸਵਾਲ ਤਾਂ ਹੈ ਜੇ ਪਾਣੀ ਲੈ ਕੇ ਪੱਠਲ 'ਚ ਧੋ ਕੇ ਆਵੇ ਸਵਾਲ ਤਾਂ ਹੈ ਜੇ ਕੋਈ ਬਜ਼ੁਰਗ ਇਸ ਪਿੰਡ 'ਚ ਰਹਿੰਦਾ ਹੈ ਜਿਹਨੂੰ ਦਵਾਈ ਨਹੀਂ ਦਵਾਉਂਦਾ ਕੋਈ ਤੜਕੇ ਹੁਣ ਜਾ ਕੇ ਉਹਨੂੰ ਚੱਕ ਕੇ ਲਿਜਾਵੇ ਡਿਸਪੈਂਸਰੀ ਸਵਾਹ ਤਾਂ ਹੈ ਇੱਥੇ ਇਕੱਲੀਆਂ ਤਾੜੀਆਂ ਮਾਰ ਕੇ ਸੌ ਦਾ ਨੋਟ ਫੜਾ ਕੇ ਲੰਘ ਜਾਏਗਾ ਤਾਂ ਬਾਬਾ ਜੀ ਕੋਲ ਠੁੱਲੂ ਤੈਨੂੰ ਵੀ ਤੇ ਮੈਨੂੰ ਵੀ ਤੇ ਜੇ ਮੈਂ ਵੀ ਇਕੱਲੀਆਂ ਗੱਲਾਂ ਕਰਦਾ ਰਹੂੰ ਵੀ ਐਂ ਕਰਨਾ ਚਾਹੀਦਾ ਐਂ ਕਰਨਾ ਚੱਕਰਾਂ ਨਾ ਤਾਂ ਫਿਰ ਮੈਂ ਵੀ ਸਮਝ ਲਿਓ ਕੁੱਤਾ ਹੈ ਭੌਂਕੀ ਜਾਂਦਾ ਦਿਨ ਰਾਤ ਖਾਉਰੇ ਕੀਮਤ ਪੈ ਜਾਵੇ ਕੀਮਤ ਪੈ ਜਾਵੇ ਇਸ ਢੇਰੀ ਰਾਖ ਦੀ ਕਨਫਰਮ ਦੋਸਤ ਆਵੇ ਤੇਰੀ ਟਿਕਟ ਵਾਪਸੀ 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 ਦੀ ਆ ਬਾਪੂ ਜੀ ਪੂਰਾ ਬੈਠਿਆ ਸਾਬਤ ਸੂਰਤ ਚਿਹਰੇ ਆ ਇਹਨਾਂ ਦੇ ਸਾਬਤ ਸੂਰਤ ਚਿਹਰੇ ਜਿਵੇਂ ਬਾਬੇ ਕੇ ਲਾਣੇ ਦੇ ਹੁੰਦੇ ਆ ਇਹਨਾਂ ਨੂੰ ਵੇਖ ਕੇ ਉਹ ਗੱਲ ਚੇਤੇ ਆਉਂਦੀ ਆ ਸਿੰਘੋ ਜਿੱਥੇ ਜਿੱਥੇ ਜਿਉਣ ਦੀ ਨਾ ਭੁੱਖ ਜਿੱਥੇ ਮੌਤ ਦਾ ਨਾ ਡਰ ਸਾਰੀ ਦੁਨੀਆ ਤੋਂ ਉੱਚਾ ਬਾਬੇ ਨਾਨਕ ਦਾ ਦਰ ਜਿੱਥੇ ਜਿਉਣ ਦੀ ਨਾ ਭੁੱਖ ਜਿੱਥੇ ਮੌਤ ਦਾ ਨਾ ਡਰ ਸਾਰੀ ਦੁਨੀਆ ਤੋਂ ਉੱਚਾ ਬਾਬੇ ਨਾਨਕ ਦਾ ਦਰ ਵੇਲੇ ਗਮਾਂ ਦੇ ਵੀ ਆ ਬਹੁਤ ਵਧੀਆ ਵੇਲੇ ਗਮਾਂ ਦੇ ਵੀ ਵੰਡੀ ਦਾ ਪ੍ਰਸਾਦ ਵੇਖਿਆ ਆਪਾਂ ਦੇਖਦੇ ਹਾਂ ਨਾ ਕਿ ਕਿਸੇ ਦੇ ਕੋਈ ਜੰਮੇ ਕਿਸੇ ਦਾ ਵਿਆਹ ਹੋਵੇ ਤੇ ਕੋਈ ਮਰੇ ਬਾਬਾ ਜੀ ਆਉਂਦੇ ਆ ਕੀ ਪੜ੍ਹਦੇ ਆ ਖੁਸ਼ੀ 'ਚ ਪੜ੍ਹਦੇ ਆ ਕਿਸੇ ਦੇ ਮਰੇ 'ਤੇ ਵੀ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਪਿਆ ਮੇਰੀ ਮਾਏ ਬਾਣੀ ਬਾਬੇ ਦੀ ਕਹਿੰਦੀ ਵੀ ਆਨੰਦ ਆ ਗਿਆ ਗੁਰੂ ਪਾਲਿਆ ਖੇੜਾ ਹੈ ਅੰਦਰ ਖੁਸ਼ੀ ਹੈ ਤੇ ਇੱਥੇ ਬਾਹਰ ਕਿਸੇ ਦੇ ਮਰਿਆ ਹੋਇਆ ਕੋਈ ਹੁਣ ਇਹ ਤਾਂ ਨਹੀਂ ਕਹਿ ਸਕਦਾ ਨਾ ਵੀ ਗੁਰੂ ਝੂਠਾ ਹੈ ਉਹ ਤਾਂ ਐਨ ਦੇਸੀ ਘਿਓ ਵਾਂਗੂ ਇੱਕ ਨੰਬਰ ਦਾ ਮਾਹੌਲ ਹੈ ਇਹ ਮੇਰੀ ਬੇਸਮਝੀ ਹੈ ਵੀ ਜਦੋਂ ਕੋਈ ਜੰਮਦਾ ਹੈ ਕੋਈ ਮਰਦਾ ਹੈ ਊਂ ਹੀ ਪੂਛ ਨੂੰ ਅੱਗ ਲਾ ਲੈਣਾ ਕੁੜੀ ਦਾ ਵਿਆਹ 50 ਲੱਖ ਲਾਵਾਂਗੇ ਪਿੰਡ ਵਾਲੇ ਊ
ਮੁੰਡੇ ਦਾ ਵਿਆਹ ਕੰਜਰਖਾਨਾ ਕਰਾਂਗੇ ਬਜ਼ੁਰਗ ਸਾਡਾ 100 ਸਾਲ ਦਾ ਹੋ ਕੇ ਪੂਰਾ ਹੋਇਆ ਬਜ਼ੁਰਗ ਵੱਡਾ ਕਰਾਂਗੇ ਮਟਰ ਪਨੀਰ ਬਣਾਵਾਂਗੇ ਹੈ ਇਹ ਕਿਹਨੇ ਆਖਿਆ ਇਹਨੂੰ ਕਹਿੰਦੇ ਆ ਆਪ ਦਾ ਜਲੂਸ ਆਪ ਕੱਢ ਕੇ ਤੇ ਫਿਰ ਕਿਸੇ ਹੋਰ ਦੇ ਮੋਢੇ ਤੇ ਰੱਖ ਕੇ ਚਲਾਉਣੀ ਮਾਹੌਲ ਨਹੀਂ ਠੀਕ ਜੀ ਆਉਣ ਦਿਓ ਨਵੰਬਰ ਤੁਹਾਡੀ ਪੂਛ ਨੂੰ ਅੱਗ ਲੱਗੀ ਮੈਂ ਦਿਖਾਉਂ ਵੀ ਮੁੰਡੇ ਦਾ ਵਿਆਹ ਪੂਰਾ ਕੰਜਰਖਾਨਾ ਕਰਾਂਗੇ ਮਾਰਚ 'ਚ ਫੇਰ ਲੱਗ ਜਾਓ ਸਰਕਾਰਾਂ ਨਹੀਂ ਕੁਛ ਕਰ ਰਹੀਆਂ ਅਸੀਂ ਜਿਹੜਾ ਚੰਦ ਚੜਾਉਣੇ ਆ ਮੈਂ ਤਾਂ ਐਂ ਕਹਿੰਦਾ ਸਾਡੇ ਵਰਗਿਆਂ ਨੂੰ ਵੀ ਬੁਲਾਉਣੋ ਹਟ ਜਾਓ ਸਾਡੇ ਵਰਗਿਆਂ ਨੂੰ ਵੀ ਬੁਲਾਉਣੋ ਹਟ ਜਾਓ ਇਕੱਲਾ ਸਿਮਰਨ ਹੋ ਜਾਏ ਪਿੰਡ 'ਚ ਗੁਰਦੁਆਰਾ ਪੰਜਵਾਂ ਹੁੰਦਾ ਤੇ ਉਤਸ਼ਾਹ ਦੇਖਣ ਵਾਲਾ ਹੁੰਦਾ ਕੋਈ ਪੁੱਛੇ ਕੀ ਚੱਲ ਰਿਹਾ ਜੀ ਕਾਰ ਸੇਵਾ ਚੱਲ ਰਹੀ ਹੈ ਜੀ ਆਓ ਪਾਓ ਯੋਗਦਾਨ ਜੀ ਕੀ ਹੋ ਰਿਹਾ ਜੀ ਉਹ ਜੀ ਗੁਰੂ ਦੀ ਮਿਹਰ ਹੋਈ ਆ ਗੁਰਦੁਆਰਾ ਬਣ ਰਿਹਾ ਕਿੰਨਵਾਂ ਜੀ ਉਹ ਜੀ ਪੰਜਵਾਂ ਜੀ ਪੰਜਵਾਂ ਸ਼ਰਮ ਮੰਨੋ ਹੈ ਬਾਬਾ ਕਿ ਕਹਿੰਦਾ ਫਿਰਦਾ ਵਾ ਗੁਰੂ ਗੋਬਿੰਦ ਸਿੰਘ ਦਾ ਤੇ ਗੁਰਦੁਆਰਾ ਤੇਰੇ ਪਿੰਡ ਪੰਜਵਾਂ ਪੈ ਰਿਹਾ ਸ਼ਰਮ ਆਉਂਦੀ ਆ ਮਾੜੀ ਮੋਟੀ ਗੁਰੂ ਦਾ ਸਥਾਨ ਹੈ ਇੱਕ ਐਸਾ ਬਣਾ ਚੁੱਪ ਕਰਦਾ ਪਿਓ ਨੇ ਬਿਰਾਜਮਾਨ ਹੋਣਾ ਪਰ ਯਾਰ ਜੇ ਪੰਜ ਪੰਜ ਪਾਏਗਾ ਤਾਂ ਪੱਥਰਾਂ ਤੇ ਪੈਸਾ ਲਾ ਰਿਹਾ ਤੂੰ ਪੱਥਰਾਂ ਤੇ ਉਹ ਕਹਿੰਦਾ ਨਾ ਸ਼ਾਇਰ ਵੀ ਪੱਥਰ ਦੀ ਇਮਾਰਤ ਹੈ ਜਿੱਥੇ ਜਾ ਕੇ ਪੈਨੇ ਆ ਤੇਰਾ ਪਤਾ ਨਹੀਂ ਮਿਲਦਾ ਉਂਝ ਨਾਮ ਤਾਂ ਲੈਨੇ ਆ ਚੁੱਪੀਆਂ ਵੀ ਲਾਈਆਂ ਨੇ ਇਹ ਮਨ ਫੇਰ ਵੀ ਗੰਦਾ ਏ ਵੇ ਤੇਰੇ ਨਾਮ ਦੀ ਮਹਿਮਾ ਵੀ ਰੁਜ਼ਗਾਰ ਦਾ ਧੰਦਾ ਏ ਬੜਾ ਖਾਰੂ ਪਾਇਆ ਏ ਓਏ ਖਾਰੂ ਪਾਇਆ ਏ ਕੁੱਟ ਤਬਲੇ ਹੱਥਾਂ ਨੇ ਜਿਨ੍ਹਾਂ ਨੂੰ ਤੂੰ ਦਿਸਦਾ ਉਹ ਕੋਈ ਹੋਰ ਹੀ ਅੱਖਾਂ ਨੇ ਜਿਨ੍ਹਾਂ ਨੂੰ ਤੂੰ ਦਿਸਦਾ ਉਹ ਕੋਈ ਹੋਰ ਹੀ ਅੱਖਾਂ ਸਾਡੀ ਮੈਂ ਨੇ ਮਾਰ ਲਿਆ ਸਾਨੂੰ ਦੁਨੀਆਦਾਰਾਂ ਨੂੰ ਤਾਂ ਸਾਡੀ ਮੈਂ ਨੇ ਮਾਰ ਲਿਆ ਉਹ ਤਰ ਕੇ ਪਾਰ ਸਮੁੰਦਰ ਹੋਏ ਜਿਨ੍ਹਾਂ ਗੁਰੂ ਨੂੰ ਧਾਰ ਲਿਆ ਉਹ ਤਰ ਕੇ ਪਾਰ ਸਮੁੰਦਰ ਹੋਏ ਜਿਨ੍ਹਾਂ ਗੁਰੂ ਨੂੰ ਧਾਰ ਲਿਆ ਹੁਣ ਡੁੱਬਦੀ ਬੇੜੀ ਨੂੰ ਚੜੀ ਘੁੰਮਣ ਕੇਰੀ ਏ ਮੈਂ ਤੇਰੀ ਰਹਿਮਤ ਕਿੰਜ ਮੰਗਾ ਮੈਂ ਕੀਤੀ ਮੇਰੀ ਮੇਰੀ ਏ ਮੇਰੀ ਆ ਲਓ ਬਾਬਾ ਜੀ 50 ਰੁਪਏ ਤੇ 500 ਦੇ ਦਿਓ ਅਖੰਡ ਪਾਠ ਕਰਾਵਾਂਗੇ ਜੀ ਮੁੰਡਾ ਦੇ ਦਿਓ ਜਗਰਾਤਾ ਕਰਾਵਾਂਗੇ ਜੀ ਗੋਡੇ ਠੀਕ ਕਰ ਦਿਓ ਕਰਦੀ ਕੀ ਫਿਰਦੀਆਂ ਨੀ ਵਿਸ਼ਨੂੰ ਕਰੇ ਕਰਦੀ ਕੀ ਫਿਰਦੀਆਂ ਵੇਲੇ ਗਮਾਂ ਦੇ ਵੀ ਵੰਡੀ ਦਾ ਪ੍ਰਸਾਦ ਵੇਖਿਆ ਤੇਰੇ ਖਾਲਸੇ ਨੂੰ ਸਦਾ ਮੈਂ ਆਜ਼ਾਦ ਵੇਖਿਆ ਤੇਰੇ ਖਾਲਸੇ ਨੂੰ ਸਦਾ ਮੈਂ ਪਰਦੇ ਵੀ ਗੱਜਦਾ ਇਹ ਮੇਰੇ ਪਰਦੇ ਵੀ ਗੱਜਦਾ
ਗੱਲ ਸੁਣ ਛੱਲਿਆ ਗੱਲ ਸੁਣ ਛੱਲਿਆ ਗੱਲ ਸੁਣ ਛੱਲਿਆ ਉਹ ਘਰ ਕੇ ਵੇਲੇ ਜੋ ਝੋਲੀਆਂ ਭਰ ਕੇ ਇਲੈਕਟ੍ਰੀਸ਼ਨ ਵੀਰ ਨੂੰ ਬੇਨਤੀ ਹੈ ਕਿਰਪਾ ਕਰਕੇ ਸਟੇਜ ਦੇ ਖੱਬੇ ਹੱਥ ਆਵੇ ਕਿ ਕੂਲਰ ਦੀ ਇੱਕ ਤਾਰ ਨੰਗੀ ਹੈ ਆਓ ਜਲਦੀ ਤੋਂ ਜਲਦੀ ਚੈੱਕ ਕਰੋ ਤਾਂ ਜੋ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ ਬੇਨਤੀ ਹੈ ਇਲੈਕਟ੍ਰੀਸ਼ਨ ਵੀਰ ਜਲਦੀ ਤੋਂ ਜਲਦੀ ਸਟੇਜ ਦੇ ਖੱਬੇ ਪਹੁੰਚਣ ਜਦ ਲੋਕ ਕਹਿਣ ਬਦਕਾਰ ਤੇ ਰੌਲਾ ਮੁੱਕ ਜਾਂਦਾ ਹੈ ਜਦ ਲੋਕ ਕਹਿਣ ਬਦਕਾਰ ਤੇ ਰੌਲਾ ਮੁੱਕ ਜਾਂਦਾ ਹੈ ਜਦ ਜੁੜ ਜੇ ਤਾਰ ਨਾ ਤਾਰ ਤੇ ਰੌਲਾ ਕਿਉਂ ਬਾਬੇ ਲੋਕ ਬੁੱਲੇ ਨੂੰ ਮੱਤਾਂ ਕਿੱਥੇ ਚੱਲਿਆ ਇੰਨੀ ਕਾਹਦੀ ਕਾਲੀ ਕੀ ਜਾ ਕੇ ਅੱਗ ਬਜਾਉਣੀ ਹੈ ਬਹਿ ਜਾ ਬੇਲੀਆ ਯਾਰਾ ਹਾਲੇ ਤੈਨੂੰ ਗੱਲ ਸੁਣਾਉਣੀ ਹੈ ਯਾਰ ਕੋਈ ਨੀ ਬਹਿ ਜਾ ਉਹ ਦੇਖ ਜਿਨ੍ਹਾਂ ਦਾ ਕੰਮ ਹੀ ਕੰਮ ਨਾ ਕਰੇ ਆ ਬੇਫਿਕਰ ਬੈਠੀਆਂ ਏ ਕੰਮ ਹੀ ਜਿਵੇਂ ਕੋਈ ਜ਼ਿਆਦਾ ਜਿਹੜੀਆਂ ਸੱਸਾਂ ਬੈਠੀਆਂ ਉਹਨਾਂ ਦੀਆਂ ਨੂੰਹਾਂ ਇੰਨੀਆਂ ਸਲੱਗ ਨੇ ਵੀ ਬੇਫਿਕਰ ਹੈ ਵੀ ਸਾਰਾ ਕੰਮ ਕਰ ਲੈਣਗੀਆਂ ਅਤੇ ਉੱਧਰੋਂ ਜਿਹੜੀਆਂ ਨੂੰਹਾਂ ਆਪਾਂ ਪਹਿਲਾਂ ਕੀ ਆਖਿਆ ਸੀ ਵੀ ਜਿਹੜੀਆਂ ਸੱਸਾਂ ਬੈਠੀਆਂ ਹੈ ਨਾ ਵੀ ਉਹਨਾਂ ਦੀਆਂ ਨੂੰਹਾਂ ਸਿਆਣੀਆਂ ਆਉਣਗੀਆਂ ਘਰੇ ਕੰਮ ਕਰ ਲੈਣਗੀਆਂ ਜਾਂ ਫਿਰ ਜਿਹੜੀਆਂ ਨੂੰਹਾਂ ਬੈਠੀਆਂ ਉਹਨਾਂ ਨੇ ਸੱਸਾਂ ਨੂੰ ਕੰਮ 'ਤੇ ਲਾਇਆ ਹੋਇਆ ਟਿਕਟਾਂ ਅੱਛਾ ਮੈਂ ਟਿਕਟਾਂ ਦੋ ਲੈਣੀ ਲਾ ਦੇਣਾ ਪੁੱਤ ਲਾ ਦੇਣਾ ਉਹੀ ਲਾ ਦੇਣਾ ਪੁੱਤ ਜਾਂ ਫਿਰ ਉਹਨਾਂ ਨੇ ਵਿਆਹ ਤੋਂ ਮਹੀਨੇ ਕੁ ਬਾਅਦ ਹੀ ਆਪਦੇ ਘਰ ਵਾਲੇ ਨੂੰ ਬੋਲੀ ਸੁਣਾਤੀ ਸੀ ਵੀ ਨਛੱਤਰਾ ਸੱਸ ਕੁੱਟਣੀ ਹਏ ਵੇ ਸੱਸ ਕੁੱਟਣੀ ਸੰਦੂਖਾਂ ਓਲੇ ਮੈਂ ਵੀ ਧੀ ਸ਼ਾਹੂਕਾਰਾਂ ਦੀ ਵੀ ਅੱਜ ਕਰਕੇ ਹਟੂੰਗੀ ਹੱਡ ਪੋਲੇ ਆ ਜਾਓ ਟਿਕਟਾਂ ਹੀ ਲਾਉਣੇ ਉਹ ਸਾਡੀ ਧੀ ਰਾਣੀ ਕਹਿ ਕੇ ਗਈ ਹੈ
ਔਰ ਇੱਕ ਗੱਲ ਭਾਈ ਮੇਰੇ ਚੇਤੇ ਆ ਗਈ ਚਲਦੀ ਚਲਦੀ ਇੱਕ ਨਾ ਪੰਜਾਬੀ ਫਿਲਮ ਆਈ ਹੈ ਮਸਤਾਨੇ ਹੱਥ ਖੜੇ ਕਰੋਗਾ ਜਿਨ੍ਹਾਂ ਨੇ ਉਹਦਾ ਉਹ ਦੇਖਿਆ ਟੀਜ਼ਰ ਟ੍ਰੇਲਰ ਜੋ ਵੀ ਹੈ ਇੰਨਾ ਕਿ ਨਹੀਂ ਦੇਖਿਆ ਤੇ ਹਨੀ ਸਿੰਘ ਦਾ ਉਹ ਗੀਤ ਕਿਹਨੇ ਕਿਹਨੇ ਸੁਣਿਆ ਚਾਰ ਬੋਟਲ ਵੋਦਕਾ ਕਾਮ ਮੇਰਾ ਰੋਜ਼ ਕਾ ਚੱਜ ਦੀ ਚੀਜ਼ ਨਾ ਸੁਣਿਓ ਨਾ ਦੇਖਿਓ ਮੇਰੀ ਬੇਨਤੀ ਹੈ ਰੋਜ਼ ਅਖਾੜੇ 'ਚ ਅਸੀਂ ਕਹਿ ਕੇ ਜਾਂਦੇ ਹਾਂ ਵੀ ਇਹ ਅਗਲੇ ਮਹੀਨੇ ਫਿਲਮ ਆਉਣੀ ਹੈ ਮਸਤਾਨੇ ਹੁਣ ਜ਼ਿਆਦਾ ਐਕਸਪਲੇਨ ਨਹੀਂ ਕਰੂੰਗਾ ਮੈਂ ਤੁਸੀਂ ਆਪ ਅੱਜ ਉਹਦਾ ਟ੍ਰੇਲਰ ਦੇਖ ਲਿਓ ਟੀਜ਼ਰ ਜੋ ਵੀ ਆਇਆ ਉਹਦਾ ਤਰਸੇਮ ਜੱਸੜ ਆਪਣਾ ਗਵਈਆ ਪੰਜਾਬ ਦਾ ਸਿਆਣਾ ਗਵਈਆ ਉਹਦੀ ਫਿਲਮ ਆਏ ਬਾਈ ਗੁਰਪ੍ਰੀਤ ਘੁੱਗੀ ਹੋਣੀ ਨੇ ਬਾਈ ਕਰਮਜੀਤ ਅਨਮੋਲ ਹੋਣੀ ਨੇ ਹੋਰ ਬਹੁਤ ਸਾਰੇ ਫਨਕਾਰ ਆ ਉਸ ਫਿਲਮ 'ਚ ਉਹ ਆਪਣੀ ਫਿਲਮ ਆਏ ਉਹ ਆਪਣੀ ਫਿਲਮ ਹੈ ਉਹਨੂੰ ਜ਼ਰੂਰ ਦੇਖਣ ਜਾਇਓ ਸਾਰੇ ਫਿਲਮ ਦਾ ਨਾਂ ਹੀ ਮਸਤਾਨੇ ਹੈ ਮਸਤਾਨੇ ਕਿ ਮਸਤਾਨੇ ਕੌਣ ਹੁੰਦੇ ਆ ਕਿਵੇਂ ਗੁਰੂ ਪ੍ਰਵੇਸ਼ ਕਰਦਾ ਕਿਵੇਂ ਸ਼ਕਤੀਆਂ ਆਉਂਦੀਆਂ ਹੈ ਕਿਵੇਂ ਫਿਰ ਨਕਲੀ ਅਸਲੀ ਬਣਦੇ ਆ ਤਾਂ ਜ਼ਰੂਰ ਦੇਖ ਕੇ ਆਇਓ ਸਾਨੂੰ ਬਹੁਤ ਕੁਛ ਦੇਊਗੀ ਫਿਲਮ ਇਹ ਔਰ ਇਹੋ ਜਿਹੀਆਂ ਚੰਗੀਆਂ ਫਿਲਮਾਂ ਦੇਖਿਆ ਕਰੋ ਕਿ ਗਾਂ ਤੋਂ ਹੋਰ ਬਣਨ ਸੋ ਤਰਸੇਮ ਜੱਸੜ ਪੰਜਾਬ ਦਾ ਉਹ ਗਵਈਆ ਸਾਡਾ ਵੀਰ ਮੇਰਾ ਛੋਟਾ ਹੈ ਕਿ ਜਿਹੜਾ ਸਾਫ਼ ਸੁਥਰਾ ਗਾਉਂਦਾ ਹੈ ਜਿਹਦੇ ਇਸੇ ਚੰਗੀਆਂ ਫਿਲਮਾਂ ਆਈਆਂ ਰੱਬ ਦਾ ਰੇਡੀਓ ਸਰਦਾਰ ਮੁਹੰਮਦ ਆਹ ਸਭ ਤੋਂ ਕਮਾਲ ਦੀ ਫਿਲਮ ਹੈ ਇੰਡਸਟਰੀ 'ਚ ਇਉਂ ਲੱਗਦਾ ਵੀ ਸੱਚੀਓ ਕੋਈ ਫਿਲਮ ਆਈ ਹੈ ਸੋ ਜ਼ਰੂਰ ਮਸਤਾਨੇ ਦੇ ਨਾਂ 'ਤੇ ਇੱਕ ਤਾਂ ਸਾਰੇ ਤਾੜੀ ਮਾਰੋ ਅਤੇ ਇੱਕ ਜ਼ਰੂਰ ਦੇਖ ਕੇ ਆਇਓ ਅਤੇ ਮੂਵੀਆਂ ਵਾਲਿਓ ਤੁਸੀਂ ਵੀ ਭਾਈ ਆਹ ਪੋਸਟ ਪਾ ਦਿਓ ਕਿਤੇ ਨਾ ਕਿਤੇ ਹੈ ਨਾ ਵੀ ਦੇਖ ਆਪ ਵੀ ਦੇਖ ਲਿਓ ਮੂਵੀਆਂ ਨਾ ਬਣਾਈ ਚੱਲਿਓ ਗੱਲੀਆਂ ਆ ਜਾਓ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਫਿਰ ਟਿਕਟਾਂ ਦੋ ਲੈਣ ਕੱਤਿਆ ਕਰੂੰਗਾ ਤੇਰੀ ਰੂਹ ਵਿੱਚ ਲਾਵਾਂਗੇ ਉਹ ਸ਼ੁਰੂ ਕਿੱਥੋਂ ਹੁੰਦਾ ਅਕਬਰ ਤੂੰ ਕਿਹਨੂੰ ਫੋਨ ਲਾਈ ਬੈਠਾ ਹੋਏ ਹੈ ਉਹ ਤਾਂ ਕਹਿੰਦਾ ਹੀ ਹੁੰਦਾ ਅਗਲਾ ਵੀ ਘਰੋਂ ਆਇਆ ਸੀ ਚੱਲ ਆਵਾਜ਼ ਲਾ ਉਹ ਯਾਰ ਦੇਖੋ ਫੋਨ ਸੁਣੀ ਹੁੰਦਾ ਚੱਲ ਗਾ ਕੇ ਦਿਖਾ ਟਿਕਟਾਂ ਦੋ ਲੈ ਲਈ ਵਾਲਾ ਗੀਤ ਆ ਉਹਦਾ ਮੂਹਰੇ ਕੁਛ ਲਾ ਉਹ ਸੁਣ ਤੂੰ ਭਾਵੇਂ ਨਾ ਸੁਣ ਸੱਜਣਾ ਵਾਹ ਵਾਹ ਸੁਣਿਆ ਬਾਬੇ ਉਹ ਹੁਣ ਤੂੰ ਭਾਵੇਂ ਨਾ ਸੁਣ ਸੱਜਣਾ ਵੇ ਸਾਡੀ ਤਾਂ ਫਰਿਆਦ ਵੇ ਨਾ ਕੋਈ ਤੈਥੋਂ ਪਹਿਲਾਂ ਸੀ ਵੇ ਨਾ ਕੋਈ ਤੈਥੋਂ ਬਾਦ ਵੇ ਸੱਜਣਾ ਵੇ ਨਾ ਕੋਈ ਤੈਥੋਂ ਪਹਿਲਾਂ ਸੀ ਵੇ ਨਾ ਕੋਈ ਤੈਥੋਂ ਬਾਦ ਮੈਨੂੰ ਦੋ ਘੰਟੇ ਹੋ ਗਏ ਲੱਗੇ ਪਏ ਨੂੰ ਮੇਰੇ ਵੱਡੇ ਬਾਈ ਦੀ ਅੱਖ ਹੁਣ ਬੰਦ ਹੋਈ ਹੈ ਅੱਖ ਬੰਦ ਕਰਕੇ ਇਹ ਆਵਾਜ਼ਾਂ ਦੇ ਅਸਰ ਨੇ ਇਸ ਕਰਕੇ ਕਦੇ ਨਾ ਸਮਝੋ ਵੀ ਜਿਹੜੇ ਪਿੱਛੇ ਖੜੇ ਆ ਇਹ ਪਿਛਲੇ ਨੇ ਇਹ ਤਾਂ ਅਗਲੇ ਨੇ ਪਿਓ ਨੇ ਸਾਰਿਆਂ ਦੇ ਇੱਕ ਵਾਰੀ ਖੁੱਲ੍ਹ ਕੇ ਦਾੜੀ ਮਾਰੋ ਉਹਨਾਂ ਨੂੰ ਅਸਰ ਪਹੁੰਚਿਆ ਉਸ ਆਵਾਜ਼ ਦਾ ਲਾ ਹੋਰ ਲਾ ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ ਹਾ ਜਦਾਂ ਦੀਆਂ ਤੇਰੇ ਨਾਲ ਜਦੋਂ ਦੀਆਂ ਤੇਰੇ ਨਾਲ ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ ਇਹ ਦੁਨੀਆਂ ਦੀ ਪੀੜ ਤੋਂ ਬਚ ਗਏ ਹਾਂ ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ ਇਹ ਦੁਨੀਆਂ ਦੀ ਪੀੜ ਤੋਂ ਬਚਦੇ ਹਾਂ ਆ ਪਹਿਲਾਂ ਬਾਹਰੋਂ ਜੱਚਦੇ ਸੀ
ਤੇ ਅੱਜ ਕੱਲ ਅੰਦਰੋਂ ਜੱਜਦੇ ਆ ਵੇ ਸਜਣਾ ਪਹਿਲਾ ਬਾਰੋਂ ਹੋ ਜੱਜਦੇ ਸੀ ਤੇ ਅੱਜ ਕੱਲ ਅੰਦਰੋਂ ਜੱਜਦੇ ਆ ਵੀਰਾਨ ਸੀ ਏ ਦਿਲ ਵੀਰਾਨ ਸੀ ਫਕਰਾਂ ਦਾ ਯੇ ਨਾਮ ਦਿਲ ਵੀਰਾਨ ਸੀ ਫਕਰਾਂ ਦਾ ਜਿਹੜਾ ਕੀਤਾ ਤੂੰ ਆਬਾਦੇ ਨਾ ਕੋਈ ਤਾਂ ਇੱਥੋਂ ਪਹਿਲਾਂ ਸੀ ਤੇ ਨਾ ਕੋਈ ਤਾਂ ਇੱਥੋਂ ਬਾਦ ਵੇ ਖਸਮਾ ਵੇ ਨਾ ਕੋਈ ਤਾਂ ਇੱਥੋਂ ਬਾਦ ਮਣੀ ਸੁਣਾ ਓਏ ਬਾਬਾ ਵੇ ਮਾਇਆ ਕੱਪੜਿਆਂ ਵਾਂਗੂ ਸੱਜਣਾ ਵੇ ਆ ਕੱਪੜਿਆਂ ਵਾਂਗੂ ਸੱਜਣਾ ਵੇ ਸਾਥੋਂ ਸੱਜਣ ਬਦਲੇ ਨਹੀਂ ਜਾਣੇ ਤੈਨੂੰ ਤੱਕਿਆਂ ਹੋਏ ਤੈਨੂੰ ਤੱਕਿਆਂ ਹੱਜ ਸਾਡਾ ਅਸੀਂ ਦਰ ਦਰ ਥੱਕੇ ਨਹੀਂ ਖਾਣੇ ਦਿਲ ਵੀਰਾ ਵੀਰਾਨ ਸੀ ਫਕਰਾਂ ਦਾ ਜਿਹੜਾ ਕੀਤਾ ਤੂੰ ਆਬਾਦੇ ਨਾ ਕੋਈ ਤੇਥੋਂ ਪਹਿਲਾਂ ਸੀ ਵੇ ਨਾ ਕੋਈ ਤੇਥੋਂ ਬਾਦ ਵੇ ਸੱਜਣਾ ਨਾ ਕੋਈ ਤੇਥੋਂ ਪਹਿਲਾਂ ਸੀ ਨਾ ਕੋਈ ਤੇਥੋਂ ਬਾਦ ਜਿੱਥੇ ਮਸਲਾ ਨਾ ਹੋਵੇ ਕੋਈ ਔਕਾਤ ਦਾ ਜਿੱਥੇ ਪਤਾ ਹੀ ਨਾ ਹੋਵੇ ਜ਼ਾਤ ਪਾਤ ਦਾ ਜਿੱਥੇ ਮਸਲਾ ਨਾ ਹੋਵੇ ਕੋਈ ਔਕਾਤ ਦਾ ਜਿੱਥੇ ਪਤਾ ਹੀ ਨਾ ਹੋਵੇ ਜ਼ਾਤ ਪਾਤ ਦਾ ਜਿੱਥੇ ਮਾਣ ਤੇ ਹੰਕਾਰਾਂ ਵਾਲੇ ਲਫ਼ਜ਼ ਭਾਲੇ ਤੋਂ ਨਾ ਭਾਲੇ ਹੁੰਦੇ ਹੋਣ ਜਿੱਥੇ ਮਾੜਿਆਂ ਖਿਆਲਾਂ ਵਾਲੇ ਲਫ਼ਜ਼ ਭਾਲੇ ਤੋਂ ਨਾ ਭਾਲ ਹੁੰਦੇ ਹੋਣ ਪਤਾ ਕਰੀਓ ਉਸ ਪਿੰਡ ਦਾ ਜਿੱਥੇ ਇਹੋ ਜਿਹੇ ਕਮਾਲ ਹੁੰਦੇ ਹੋਣ ਪਤਾ ਕਰੀ ਪੰਜਾਬ 'ਚ ਕਿਸੇ ਉਸ ਪਿੰਡ ਦਾ ਜਿੱਥੇ ਇਹੋ ਜਿਹੇ ਕਮਾਲ ਹੁੰਦੇ ਹੋਣ ਜਿੱਥੇ ਕਹੇਗਾ ਮਰੂੰਗੀ ਨਾਲ ਤੇਰੇ ਆ ਜਾਓ ਸੱਜਣੋ ਨੱਚ ਕੇ ਚੱਲਦੇ ਹਾਂ ਬੀਬੀ ਤਾੜੀ ਰੱਖ ਲਓ ਨਾਲ ਮੇਰੀਆਂ ਮਾਵਾਂ ਪਲੀਜ਼ ਕਹੇਗਾ ਮਰੂੰਗੀ ਨਾਲ ਤੇਰੇ
جتھے کہیں گا مروں گی نال تیرے کہیں گا مروں گی نال تیرے کہیں گا مروں گی نال تیرے ٹکٹا دو لے نہیں وے جتھے چلے گا چلوں گی نال تیرے وے ٹکٹا دو لے نہیں Yeah.
ਗਿਆ ਵੇ ਸਾਈਆਂ ਰੋਗੀ ਕਰਕੇ ਸੁੱਟ ਗਿਆ ਵੇ ਖਸਮਾ ਸੱਜਣੋ ਪਿਆਰਿਓ ਇੰਨੀਆਂ ਹਾਜ਼ਰੀਆਂ ਕਬੂਲ ਕਰਿਓ ਸਭ ਬਜ਼ੁਰਗਾਂ ਦਾ ਮਾਈਆਂ ਦਾ ਮੇਰੀਆਂ ਭੈਣਾਂ ਦਾ ਮੇਰੇ ਵੀਰਾਂ ਦਾ ਸਾਰੇ ਚੈਨਲਾਂ ਦਾ ਫੋਟੋਗ੍ਰਾਫਰਾਂ ਦਾ ਮੂਵੀ ਵਾਲਿਆਂ ਦਾ ਟੈਂਟ ਵਾਲਿਆਂ ਦਾ ਇਸ ਟਰੱਸਟ ਦੀ ਪੂਰੀ ਉਸ ਟੀਮ ਦਾ ਜਿਨ੍ਹਾਂ ਨੇ ਇਹ ਮੇਲਾ ਔਰਗਨਾਈਜ਼ ਕੀਤਾ ਕੱਲ੍ਹ ਨੂੰ ਵੀ ਅਜੇ ਮੇਰਾ ਬ੍ਰਦਰ ਛੋਟਾ ਯਾਸਿਰ ਹੁਸੈਨ ਔਰ ਸਾਡੇ ਉਸਤਾਦ ਬਾਬੇ ਮਾਸਟਰ ਸਲੀਮ ਸਾਹਿਬ ਉਹਨਾਂ ਨੇ ਆਉਣਾ ਸੋ ਇਸੇ ਤਰ੍ਹਾਂ ਹਾਜ਼ਰੀਆਂ ਲਵਾਇਓ ਸੋ ਬਹੁਤ ਬਹੁਤ ਪਿਆਰ ਸਤਿਕਾਰ ਇਸ ਪੂਰੇ ਨਗਰ ਖੇਡ ਲਈ ਜਿਉਂਦੇ ਵੱਸਦੇ ਰਹੋ ਸਭ ਬਜ਼ੁਰਗਾਂ ਦਾ ਬਾਬਿਆਂ ਦਾ ਸਭ ਦਾ ਬਹੁਤ ਬਹੁਤ ਪਿਆਰ ਸਤਿਕਾਰ ਅਤੇ ਜਾਂਦੇ ਜਾਂਦੇ ਮੈਂ ਗੀਤ ਗਾਉਂਦੇ ਗਾਉਂਦੇ ਲੰਘੂਗਾ ਬੀਬੀਆਂ ਮੇਰੀਆਂ ਲਈ ਬਹੁਤ ਬਹੁਤ ਪਿਆਰ ਜਾਂਦੀਆਂ ਜਾਂਦੀਆਂ ਤੁਰੀਆਂ ਜਾਂਦੀਆਂ ਗੀਤ ਸੁਣ ਜਿਓ ਨੱਚਾ ਮੈਂ ਜਿਵੇਂ ਤੂੰ ਨਚਾਵੇਂ ਮੈਨੂੰ ਸੱਜਣਾ ਇਸ਼ਕ ਤੇਰੇ ਦੀ ਚੜੀ ਲੋਰ ਵੇ ਮਾਈਆ ਤੂੰ ਗੜਵਾ ਮੈਂ ਤੇਰੀ ਡੋਰ ਵੇ ਮਾਈਆ ਸੋ ਜਾਂਦੇ ਜਾਂਦੇ ਸੁਣ ਜਿਓ ਦੀਪੂ ਛੇੜ ਲਾ ਬਾਬੇ ਆਹੀ ਵੱਜਣ ਦੇ ਅਜੇ ਆਹੀ ਵਧਾਣਾ ਆਵਾਜ਼ ਆਵਾਜ਼ ਖੋਲ ਲਾ ਜੀ ਸਾਰਾ ਕੁਝ ਦੱਸਦਾ ਬੋਲਦਾ ਨੀ ਮੂੰਹੋਂ ਵੈਸੇ ਸਾਰਾ ਕੁਝ
ਦੱਸਦਾ ਹਾਮੀ ਦੇਣ ਭੈਣ ਮੇਰਿਓ ਤੁਹਾਡੇ ਭਰਾ ਤੁਹਾਨੂੰ ਬਹੁਤ ਪਿਆਰ ਕਰਦੇ ਆ ਅਸੀਂ ਵੀਰ ਆ ਤੁਹਾਡੇ ਤੇ ਤੁਸੀਂ ਸਾਡੇ ਘਰਾਂ ਦੀਆਂ ਇੱਜ਼ਤਾਂ ਇਸ ਮੁਲਕ ਪੰਜਾਬ ਦੀਆਂ ਇੱਜ਼ਤਾਂ ਤੁਸੀਂ ਸਲਾਮਤ ਰੱਖੇ ਤੁਹਾਨੂੰ ਪਰਮਾਤਮਾ ਤੇ ਕਾਇਮ ਰਹੋ ਮਿਹਨਤ ਕਰੋ ਆਪਦੇ ਕਿਰਦਾਰ ਨਾ ਛੱਡਿਓ ਸਾਡੇ ਪੰਜਾਬ ਦੀ ਧੀ ਚ ਸੰਗ ਸ਼ਰਮਾ ਰੱਜ ਕੇ ਕਹਿੰਦੇ ਹੁੰਦੇ ਨਾ ਭੋਜਨ ਭਜਨ ਖਜ਼ਾਨਾ ਨਾਰੀ ਚਾਰੋ ਪਰਦੇ ਕੇ ਅਧਿਕਾਰੀ ਇਹ ਗੁਰੂ ਨਾਮ ਦੀ ਮਹਿਮਾ ਹੈ ਇੱਥੇ ਨੱਚ ਲਾਂਗੇ ਫਰਕ ਨਹੀਂ ਪੈਣਾ ਪਰ ਜਿੱਥੇ ਜਿੱਥੇ ਵਿਚਰਦੀ ਹੋ ਸਕੂਲ ਜਾਂਦੀ ਹੋ ਕਾਲਜ ਜਾਂਦੀ ਹੋ ਕੋਈ ਨੌਕਰੀ ਕਰਨ ਜਾਂਦੀ ਹੋ ਆਪਦਾ ਕਿਰਦਾਰ ਦਿਖਾ ਕੇ ਕਿ ਮੈਂ ਮਾਈ ਭਾਗੋ ਦੀ ਧੀ ਹਾਂ ਮੈਂ ਮਾਈ ਭਾਗੋ ਦੀ ਵਾਰਸ ਹਾਂ ਮੈਂ ਐਵੇਂ ਨਾ ਜਾਣੀ ਤੂੰ ਤਾਂ ਮੇਰੇ ਨਾਲ ਮੇਰੀ ਕੁੱਲੀ ਵਿੱਚ ਨੱਚਦਾ ਬੋਲਦਾ ਨੀ ਮੂੰਹੋਂ ਵੈਸੇ ਸਾਰਾ ਕੁਝ ਦੱਸਦਾ ਬੋਲਦਾ ਨੀ ਮੂੰਹੋਂ ਵੈਸੇ ਸਾਰਾ ਕੁਝ ਦੱਸਦਾ ਹਾਮੀ ਦੇਣ ਹਾਮੀ ਦੇਣ ਹਾਮੀ ਦੇਣ ਝਾਂਜਰਾਂ ਤੇ ਬੋਰ ਹਾਮੀ ਦੇਣ ਝਾਂਜਰਾਂ ਤੇ ਬੋਰ ਵੇ ਮਾਇਆ ਤੂੰ ਕੜਵਾ ਮੈਂ ਤੇਰੀ ਟੋਰ ਸਾਡੇ ਵੀਰ ਨੂੰ ਮਹਾਰਾਜ ਆਪਦੇ ਵਾਲੀ ਮੱਤ ਦੇਵੇ ਹੋਰ ਨਹੀਂ ਕੁਛ ਮੰਗਦਾ ਕਿ ਤੂੰ ਆਪਦੇ ਚਰਨਾਂ ਨਾਲ ਲਾ ਕੇ ਰੱਖੀ ਇਹ ਮਸ਼ਹੂਰੀਆਂ ਗਾਉਣਾ ਪੈਸਾ ਇਹ ਚੱਲੀ ਜਾਣਾ ਹੈ ਪਰ ਜਿਹੜੀ ਅਸਲ ਖੈਰ ਹੈ ਉਹ ਬੰਦਗੀ ਦੀ ਆ ਵੀ ਸਾਡਾ ਭਰਾ ਨਾਮ ਜਪਦਾ ਮਰੇ ਔਰ ਮੇਰੇ ਵਾਂਗੂ ਜਿਵੇਂ ਤੁਸੀਂ ਮੇਰੇ ਲਈ ਹੋ ਇਹਨਾਂ ਸਾਰਿਆਂ ਲਈ ਕਰਿਓ ਕਿ ਨਗਰ ਖੇੜੇ ਦੀ ਖੈਰ ਹੋਵੇ ਬਾਬਾ ਇਹ ਤਾਂ ਨਾਮ ਹੀ ਜਪਿਆ ਜਾਵੇ ਨਾਮ ਹੀ ਜਪਿਆ ਜਾਵੇ ਨਾਮ ਹੀ ਜਪਿਆ ਜਾਵੇ ਸੋ ਸਭ ਫਕੀਰਾਂ ਦਾ ਬਾਬਿਆਂ ਦਾ ਮਾਈਆਂ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਗੁਰੂ ਦੇਵ ਤੁਮਾਰੀ ਜੈ ਹੋਵੇ ਜੈ ਹੋਵੇ ਬਾਬਾ
तुम्हारी जय होवे चंगा भाई सजनों बहुत बहुत प्यार सत्कार पिंड वालों जिंदे वसदे रहो काके तू भी जिंदा वसदा रह शिवा अजय लव यू ब्रदर Hello, chick. Shukrana da karte hain assi bhai Kanwar Garhiwal ji unna de smooth sangeet parivar da aur smooth sangatan da jinna ne inne sakht mausam de vich baba ji di chaukhat te haziriyan bhariyan aaye hoye kalakaran nu adab pyar satkar ashirwad bakhshish kita और आज दे दिन दी इस स्टेज ते हाजरी सी वक वक कलाकारां दी शुक्राना करते हैं वक वक दरबारां तो आए हुए पीरां दा फकीरां दा उना ऋषियां मुनियां दा उना पाक पवित्र रूहां दा जिन्हां ने सवेर तो लैके बड़ी देर शाम तक अपना आशीर्वाद दिता संगतां नूं आए हुए आर्टिस्ट वीरां नूं और इस दिन नाली कल 25/6/2023 ये जो स्टेज की कार्रवाई है ठीक 10 बजे स्टेज शुरू होगी कल जानि के 25 तरीक ठीक 10 बजे स्टेज शुरू हो जाएगी सब तो पहला जो दरबार दे असूल होंदे ने असूलों के मुताबिक महफल दे اصول دے مطابق سب تو پہلا اس شاہی دربار دے وچ شاہی محفل دا آغاز کرن گے قوال پارٹی والے اور پھر ٹھیک انہاں تو بعد گگن مہرا جی وائس آف پنجاب ساڈے کول پہنچ رہے نے اور انہاں تو بعد اجمیر ہیر جی حاضری لگواؤن گے اجمیر ہیر جی تو بعد چرن کھیڑیا جی चरण खेड़िया जी तो बाद रैकी सिंह जी और सो लास्ट दे विच आप सब जिवें भली भांत जानदे हो सुरिंदर खान जी और सुरिंदर खान जी जिन्हां नूं तुसीं इह तों लैके जिहड़े तक हर चैनल ते वेख्या और सुनिया जिन्हां ने गज़ल दे विच अनेकां ही इनाम अपने खिताब अपने ਹਿੱਸੇ ਦੇ ਵਿੱਚ ਪਾਏ ਨੇ ਪਿਆਰੇ ਪੰਜਾਬ ਦੀ ਝੋਲੀ ਦੇ ਵਿੱਚ ਪਾਏ ਨੇ ਸੁਰਿੰਦਰ ਖਾਨ ਜੀ ਗਜ਼ਲ ਗਾਇਕ ਔਰ ਉਹਨਾਂ ਤੋਂ ਬਾਅਦ ਮਾਸਟਰ ਸਲੀਮ ਜੀ ਜਿਨ੍ਹਾਂ ਦੀ ਗਾਇਕੀ ਦਾ ਕੋਈ ਸਾਨੀ ਨਹੀਂ ਮਾਸਟਰ ਸਲੀਮ ਜੀ ਹਾਜ਼ਰੀਆਂ ਦੇਣਗੇ ਔਰ ਆਖਿਰ ਦੇ ਵਿੱਚ